ਵਾਹਿਗੁਰੂ ਸਾਹਿਬ ਜੀ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਵਨ ਕੀ, ਬੰਛਿਤ ਸਿੱਧ ਕੋ ਬਿੱਧ ਮਿਲਾਇਓ, ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਉਂ ਜੋ ਦਹੰਗ ਦਿਸ ਧਾਇਓ, ਗੋਬਿੰਦ ਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਭਾਸ ਬਨਾਇਓ, ਗਇਓ ਦੁਖ ਦੂਰ ਬਰਖਨ ਕੋ। ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਗਇਓ ਦੁਖ ਦੂਰ ਬਰਖਨ ਕੋ। ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਜਿਉਂ ਬੁਲਾਵੈਂ ਤਿਉਂ ਬੋਲੈ ਸੁਆਮੀ, ਕੁਦਰਤ ਕਮਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਹੋਵੈ ਸਿਫਤ ਕਸੰਦੀ, ਨੂਰ ਅਰਸ਼ੋਂ ਕੁਰਸ਼ੋਂ ਝੱਟੀਐ, ਤੁਦ ਦਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀ, ਬਸੰਤ ਮਹੱਲਾ ਤੀਜਾ, ਇੱਕ ਤੁਕਮ ਸਾਹਿਬ ਭਾਵੈ, ਸੇਵਕ ਸੇਵਾ ਕਰੈ, ਜੀਵਤ ਮਰੈ ਸਭ ਕੁੱਲ ਉਧਰੈ, ਸਾਹਿਬ ਭਾਵੈ ਸੇਵਕ ਸੇਵਾ ਕਰੈ। ਜੀਵਤ ਮਰੈ ਸਭ ਕੁੱਲ ਉਧਰੈ, ਤੇਰੀ ਭਗਤ ਨ ਛੋੜੋ ਕਿਆ ਕੋ ਹਸੈ, ਸਾਚ ਨਾਮ ਮੇਰਾ ਹਿਰਦੈ ਵਸੈ, ਰਹਾਉ ਜੈਸੇ ਮਾਇਆ ਮੋਹ ਪ੍ਰਾਣੀ ਗਲਤ ਰਹੈ, ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ। ਮੈਂ ਮੂਰਖ ਮੁਗਦ ਉਪਰ ਕਰੋ ਦਇਆ, ਤੋ ਸਰਣਾਗਤ ਰਹੋ ਪਿਆ, ਕਹੋ ਨਾਨਕ ਸੰਸਾਰ ਕਿਨਹਿ ਫਲ ਕੰਮ, ਗੁਰ ਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮ, ਕਹਿਤ ਨਾਨਕ ਸੰਸਾਰ ਕਿਨਹਿ ਫਲ ਕੰਮ, ਗੁਰ ਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਹੈਡ ਗ੍ਰੰਥੀ ਗੁਰਦੁਆਰਾ ਨਾਨਕ ਪਿਆਉ ਸਾਹਿਬ। ਆਓ ਸਤਿਕਾਰਯੋਗ ਗੁਰੂ ਕਿਆ ਕੋਲੋਂ ਗੁਰਬਾਣੀ ਦੀ ਕਥਾ ਵਿਚਾਰ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਨੇ ਸਤਿਗੁਰ ਤਿਸ ਕਾ ਨਾਮ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸੀਸ ਦੀਆ ਪਰ ਸਿਰ ਨਾ ਦੀਆ ਸ਼ਬਦਾਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਇਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਨੂਰੇ ਨਜ਼ਰ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਧੰਨ ਧੰਨ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਮਹਾਨ ਸਤਿਗੁਰੂ ਅਸ਼ਟਮ ਬਲਬੀਰਾ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਤ ਸੰਗਤ ਜੀਓ ਗੁਰੂ ਕੀ ਬਖਸ਼ੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਸਤਿਗੁਰੂ ਤੇਗ ਬਹਾਦੁਰ ਹਿੰਦ ਦੀ ਚਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਕੱਲ੍ਹ ਅਤੇ ਪਰਸੋਂ ਵੱਡੇ ਪੱਧਰ 'ਤੇ ਮਨਾਇਆ ਗਿਆ ਅਤੇ ਪੂਰਾ ਮਹੀਨਾ ਹੀ ਲਗਾਤਾਰ ਇਹ ਵੱਖ ਵੱਖ ਸ਼ਹਿਰਾਂ ਵਿੱਚ ਹੁਣ ਵੀ ਅੱਗੇ ਮਨਾਇਆ ਜਾ ਰਿਹਾ ਹੈ ਕਿਉਂਕਿ ਕਈ ਜਗ੍ਹਾ ਬੰਬੇ ਬੜੌਦਾ ਰਾਏਪੁਰ ਕਈ ਜਗ੍ਹਾ ਦਾਸ ਦੀ ਵੀ ਹਾਜ਼ਰੀਆਂ ਨੇ ਇਸ ਸ਼ਹੀਦੀ ਪੁਰਬ 'ਤੇ ਭਾਵ ਕਿ ਸ਼ਹੀਦੀ ਪੁਰਬ ਇਹ ਪੂਰਾ ਮਹੀਨਾ ਹੀ ਮਨਾਇਆ ਜਾ ਰਿਹਾ ਹੈ ਇਹ ਮਹੀਨਾ ਲੈ ਕੇ ਵੀ ਆਉਂਦਾ ਸ਼ਹੀਦਾਂ ਦੀ ਦਰਦੀਲੀ ਅਤੇ ਦਰਦਨਾਕ ਦਾਸਤਾਨ ਨੂੰ ਕਿਉਂਕਿ ਇਸੇ ਮਹੀਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਚਾਲੀ ਸਿੰਘ ਸਾਕਾ ਚਮਕੌਰ ਸਾਹਿਬ ਦੇ ਵਿੱਚ ਲਗਾਤਾਰ ਸ਼ਹੀਦੀਆਂ ਇਸ ਮਹੀਨੇ ਦਾਸ ਤੇ ਕਈ ਵਾਰੀ ਜਜ਼ਬਾ ਵੇਖਦਾ ਹੈ ਕਾਬੁਲ ਦੀ ਸੰਗਤ ਜੋ ਅਫਗਾਨ ਤੋਂ ਜਿਤਨੇ ਵੀ ਸਿੱਖ ਆਏ ਨੇ ਉਹਨਾਂ ਨੇ ਇਹ ਫੈਸਲੇ ਕੀਤੇ ਹੋਏ ਸਨ ਕਿ ਇਸ ਮਹੀਨੇ ਦੇ ਵਿੱਚ ਅਸੀਂ ਕੋਈ ਵਿਆਹ ਸ਼ਾਦੀ ਜਾਂ ਖੁਸ਼ੀ ਦਾ ਪ੍ਰੋਗਰਾਮ ਨਹੀਂ ਉਲੀਕਾਂਗੇ ਇੱਕ ਸ਼ਰਧਾ ਹੀ ਹੁੰਦੀ ਹੈ ਉਹਨਾਂ ਸ਼ਹੀਦਾਂ ਨੂੰ ਸਿਜਦਾ ਹੀ ਕਰਨਾ ਹੁੰਦਾ ਹੈ ਜ਼ਰੂਰੀ ਤਾਂ ਨਹੀਂ ਕਿ ਇਸੇ ਮਹੀਨੇ ਅਸੀਂ ਖੁਸ਼ੀਆਂ ਮਨਾਈਏ ਭਾਵੇਂ ਗੁਰੂ ਦਰਬਾਰ ਦੇ ਵਿੱਚ ਦੁੱਖ ਅਤੇ ਸੁੱਖ ਸਮਾਨ ਹੈ ਪਰ ਸਿੱਖ ਦਾ ਵੀ ਕੁਝ ਫਰਜ਼ ਬਣਦਾ ਹੈ ਜੇ ਘਰ ਦੇ ਵਿੱਚ ਪਿਤਾ ਚਲਾਉਣਾ ਕਰ ਜਾਵੇ ਜਵਾਨ ਪੁੱਤਰ ਚਲਾ ਜਾਵੇ
ਤੇ ਜਿਹੜੀ ਤਰੀਕਾਂ ਨੀਅਤ ਕੀਤੀਆਂ ਹੁੰਦੀਆਂ ਨੇ ਵਿਆਹ ਸ਼ਾਦੀਆਂ ਦੀ, ਉਹ ਵੀ ਟਾਲ ਦਿੱਤੀਆਂ ਜਾਂਦੀਆਂ ਨੇ। ਤੇ ਦਾਸ ਨੂੰ ਜਿਸ ਵੇਲੇ ਪਤਾ ਲੱਗਾ, ਲੋਕਾਂ ਨੂੰ ਕਥਾ ਦਾ ਸੰਗਤ ਵਿੱਚੋਂ ਕਈਆਂ ਦੇ ਫੋਨ ਆਏ ਕਿ ਗਿਆਨੀ ਜੀ ਸ਼ਹੀਦੀ ਦੀ ਗੱਲ ਜ਼ਰੂਰ ਕਰਨਾ, ਗੁਰੂ ਕਿਰਪਾ ਕਰੇ ਅਸੀਂ ਜਾਗੀਏ, ਕਿਉਂਕਿ ਦੂਰ ਤੱਕ ਗੱਲ ਜਾ ਰਹੀ ਹੈ। ਐਜੇ ਹੈਡਗੰਥੀ ਗੁਰਦੁਆਰਾ ਸੀਸਗੰਜ ਸਾਹਿਬ ਮੈਂ ਵੇਖਦਾ ਰਿਹਾ ਲਗਾਤਾਰ ਕਿ ਸ਼ਾਇਦ ਫੇਸਬੁੱਕ ਤੇ ਵਟਸਐਪ ਤੇ ਸ਼ਹੀਦੀ ਬਾਰੇ ਕੋਈ ਪੋਸਟ ਪਾਈ ਜਾਵੇਗੀ, ਪਹਿਲਾਂ ਤੋਂ 15 ਦਿਨ ਪਹਿਲਾਂ, ਮਹੀਨਾ ਪਹਿਲਾਂ ਤੋਂ ਦੱਸਿਆ ਜਾਵੇਗਾ। ਪਰ 10 ਤਰੀਕ ਤੱਕ ਮੈਨੂੰ ਕੋਈ ਵੀ ਐਸੀ ਗੱਲ ਨਜ਼ਰ ਨਹੀਂ ਆਈ, ਕਿਉਂਕਿ ਅਸੀਂ ਝੂਠ ਨਾਲ ਬਹੁਤਾ ਪਿਆਰ ਪਾ ਲਿਆ, ਸੱਚ ਵਾਲੇ ਪਾਸੇ ਨਹੀਂ। ਹਾਂ, ਜਿਸ ਦਿਨ ਸ਼ਹੀਦ ਦੀ ਦਿਹਾੜਾ 12 ਜਾਂ ਉਸ ਤੋਂ ਇੱਕ ਦਿਨ ਪਹਿਲਾਂ ਹਰ ਕੋਈ ਜਾਗਦਾ ਹੈ, ਪਰ ਈਸਾਈ ਭਰਾ ਕ੍ਰਿਸਮਸ ਆਵੇ ਹਾਲੇ ਦਿਨ ਪਏ ਨੇ ਅਤੇ ਪਿਛਲੇ ਮਹੀਨੇ ਤੋਂ ਹੀ ਤਿਆਰੀਆਂ ਆਰੰਭ ਹੋ ਗਈਆਂ ਉਹਨਾਂ ਲੋਕਾਂ ਦੀ, ਅਤੇ ਅਮੈਰੀਕਾ ਕੈਨੇਡਾ ਤੋਂ ਮਹੀਨਾ ਮਹੀਨਾ ਪਹਿਲਾਂ ਉਹਨਾਂ ਨੇ ਘਰ ਸਜਾਉਣੇ ਸ਼ੁਰੂ ਕਰ ਦਿੱਤੇ, ਬੜਾ ਕੁਝ ਕਰਦੇ ਨੇ। ਮੈਂ ਵੇਖਦਾ ਕਿ ਨੌਜਵਾਨ ਬੱਚੇ ਬੱਚੀਆਂ ਅੱਜ ਤੇ ਬਜ਼ੁਰਗ ਮਾਤਾਵਾਂ ਭੈਣਾਂ ਸਭ ਕੋਲ ਸੋਸ਼ਲ ਮੀਡੀਆ ਹੈ, ਬਾਕੀ ਸਭ ਕੁਝ ਅਸੀਂ ਪਾਉਂਦੇ ਹਾਂ, ਪਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜਿਸ ਨੂੰ ਤੇਗ ਬਹਾਦੁਰ ਹਿੰਦ ਦੀ ਚਾਦਰ ਕਹਿੰਦੇ ਹਾਂ, ਚਾਦਰ ਕਹਿ ਲੈਣਾ ਬਹੁਤ ਸੌਖਾ, ਬਣਨਾ ਬਹੁਤ ਔਖਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਪੂਰਾ ਜ਼ਿਕਰ ਕੀਤਾ ਹੈ ਕਿ ਕਦੀ ਧਿਆਨ ਮਾਰੋ ਉਸ ਪਾਸੇ, ਜਦ ਚਾਦਰ ਉਣੀ ਜਾਂਦੀ ਹੈ ਉਹਨੂੰ ਕਿਤਨਾ ਕੁਝ ਸਹਾਰਨਾ ਪੈਂਦਾ ਹੈ, ਕਿਸ ਤਰ੍ਹਾਂ ਉਹ ਸੂਈਆਂ, ਉਹ ਕਿੱਲੇ, ਉਹ ਢਾਂਚੇ ਜਿਨ੍ਹਾਂ ਵਿੱਚੋਂ ਧਾਗਾ ਬਣ ਕੇ ਨਿਕਲਦਾ ਹੈ, ਫਿਰ ਕਿਸ ਤਰ੍ਹਾਂ ਚਾਦਰ ਨੂੰ ਉਣਿਆ ਜਾਂਦਾ ਹੈ, ਇਤਨਾ ਕੁਝ ਸਹਾਰਦੀ ਹੈ ਤਾਂ ਜਾ ਕੇ ਕਿਤੇ ਇੱਕ ਦੋ ਸਰੀਰਾਂ ਨੂੰ ਟੱਕਣ ਦਾ ਕੰਮ ਕਰਦੀ ਹੈ। ਤੇ ਜਿਸਨੇ ਪੂਰੇ ਦੇਸ਼ ਦੀ ਲੁੱਟੀ ਜਾ ਰਹੀ ਇੱਜ਼ਤ ਪੱਤ ਨੂੰ ਟੱਕਣਾ ਸੀ, ਜਿਸ ਗੁਰੂ ਬਾਰੇ ਅੱਜ ਇਹ ਵੀ ਕਹਿ ਦਿੱਤਾ ਗਿਆ ਕੇਵਲ ਦੇਸ਼ ਨਹੀਂ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿਉਂਕਿ ਵਿਦੇਸ਼ਾਂ ਤੱਕ ਦੇ ਵਿੱਚ ਜੇ ਗੁਰਦੁਆਰੇ ਮੰਦਰ ਅੱਜ ਨਜ਼ਰ ਆ ਰਹੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨ, ਜੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਨਾ ਦਿੰਦੇ ਤੇ ਇਸ ਦੇਸ਼ ਦੀ ਪਛਾਣ ਅੱਜ ਕੁਝ ਹੋਰ ਹੋਣੀ ਸੀ। ਇਹ ਵੀ ਕਿਤੇ ਤੁਰਕਮੇਨਿਸਤਾਨ, ਅਫਗਾਨਿਸਤਾਨ ਜਾਂ ਈਰਾਨ, ਇਰਾਕ ਵਰਗਾ ਕੋਈ ਦੇਸ਼ ਹੁੰਦਾ ਜਿੱਥੇ ਮੰਦਰ ਗੁਰਦੁਆਰੇ ਬਣਾਉਣ ਦੀ ਹੋ ਸਕਦਾ ਇਜਾਜ਼ਤ ਤੱਕ ਨਾ ਹੁੰਦੀ। ਅੱਜ ਵੀ ਇਹ ਜੋ ਗੁਰਦੁਆਰਿਆਂ ਦੇ ਚ ਰੋਸ਼ਨੀ ਵੇਖ ਰਹੇ ਹਾਂ, ਇਹ ਜੋ ਮੰਦਰਾਂ ਦੇ ਚ ਰੋਸ਼ਨੀ ਵੇਖ ਰਹੇ ਹਾਂ, ਰਾਮ ਨਾਰਾਇਣ ਦਰਦੀ ਨੇ ਲਿਖ ਦਿੱਤਾ ਨਾ ਕਿ ਜਿਸ ਵੇਲੇ 500 ਬ੍ਰਾਹਮਣ ਆਏ ਸਨ ਤੇ ਪੁਕਾਰ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਦੁਖੀ ਬਿਪਰ ਸੋ ਚਲ ਆਏ ਪੁਰੀ, ਆਨੰਦ ਬਾਹਾਂ ਸਾਡੀ ਪਕੜੀ ਹੈ ਹਰਗੋਬਿੰਦ ਕੇ ਨੰਦ, ਤੇ ਇਨਕਾਰ ਤੇ ਨਹੀਂ ਕੀਤਾ, ਉਸੇ ਵੇਲੇ ਬਾਹਾਂ ਪਕੜ ਲਈ, ਸੌਖੀ ਖੇਡ ਨਹੀਂ ਸੀ। ਜਿੱਥੇ ਔਰੰਗਜ਼ੇਬ ਵਰਗਾ ਜ਼ਾਲਮ ਬਾਦਸ਼ਾਹ ਹੋਵੇ, ਜੋ ਕਸ਼ਮੀਰ ਦੇ ਵਿੱਚ ਮਾਵਾਂ ਦੀ ਗੋਦ 'ਚ ਬੱਚਿਆਂ ਨੂੰ ਟੋਟੇ ਟੋਟੇ ਕਰਕੇ ਪਵਾ ਰਿਹਾ ਹੋਵੇ, ਜੋ ਆਪਣੇ ਮਾਂ ਬਾਪ ਨੂੰ, ਸਕੇ ਮਾਂ ਬਾਪ ਨੂੰ ਪਾਣੀ ਤੋਂ ਤਰਸਾ ਕੇ ਮਾਰ ਦਿੰਦਾ ਹੋਵੇ, ਜੋ ਆਪਣੇ ਭਰਾ ਦੀ ਰਾਜ ਗੱਦੀ 'ਤੇ ਖੁੰਦਾ ਕਤਲ ਵੀ ਕਰਵਾ ਦਿੰਦਾ ਹੈ, ਉਹ ਜ਼ਾਲਮ ਬਾਦਸ਼ਾਹ ਉਸ ਵੇਲੇ ਕੋਈ ਜੁਰਅਤ ਨਹੀਂ ਸੀ ਕਰਦਾ ਬਾਂਹ ਫੜਨ ਦੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਂਹ ਫੜੀ ਤੇ ਫੜ ਕੇ ਪਤਾ ਹੈ ਕੀ ਕਹਿ ਦਿੱਤਾ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨਹੋੜੀਐ, ਬਾਹਾਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਹਾਂ ਨਾ ਛੋੜੀਐ, ਮੈਂ ਤੁਹਾਡੀ ਬਾਂਹ ਫੜ ਰਿਹਾ, ਭਾਵੇਂ ਮੈਨੂੰ ਸਿਰ ਕਿਉਂ ਨਾ ਦੇਣਾ ਪੈ ਜਾਵੇ, ਬਾਂਹ ਨਹੀਂ ਛੱਡਾਂਗਾ, ਪਰ ਇੱਕ ਵਾਅਦਾ ਤੁਸੀਂ ਵੀ ਕਰੋ, ਇੱਕ ਵਚਨ ਤੁਸੀਂ ਵੀ ਦੇ ਕੇ ਜਾਓ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ, ਧਰਤੀ ਉੱਤੇ ਟੋਟੇ ਟੋਟੇ ਹੋ ਕੇ ਤੇ ਡਿੱਗ ਜਾਣਾ, ਪਰ ਆਪਣਾ ਹਿੰਦੂ ਧਰਮ ਨਾ ਛੱਡਣਾ, ਹਿੰਦੂ ਧਰਮ ਨਾ ਛੱਡਣਾ।
कहते सकते सन कि पहला सिख बन जाओ फिर मैं तुहाडी रक्षा करांगा, पर कहा तुसी अपने हिंदू धर्म विच पक्के रहो। अखां च अथरू आ गए सारिआं दे। राम नारायण दर्दी जी लिखते कहिंदे कुछ बच्चियां ते बच्चे भी सन औरतां सन नाल अखां च अथरू वेख के गुरु तेग बहादुर साहब जी ने यह कह दिता सतगुरु कहा बच्चियो तुसी घरी जाओ, सीस आपना दे के सत बचावांगा मैं, हिंदू मंदरां दे बुझ रहे दीवियां अंदर तेल खून अपने दा पावांगा मैं, पाया देश दी जड़ां अंदर लहू अपना, भारत वर्ष दा बाग तां फल रहा है, अज भी हिंदू मंदरां दे बुझ रहे दीवियां अंदर खून तेग बहादुर दा बल रहा है, अज भी हिंदू मंदरां दे बुझ रहे दीवियां अंदर खून तेग बहादुर दा बल रहा है। एवें थोड़ा कह दिता, ये अज गुरुद्वारियां ते मंदरां दे च रोशनी गुरु तेग बहादुर साहब जी की शहीदी दी करके है। ओ सिख भाई मती दास जी दयाला जी सती दास जी की शहीदी दे करके है, गुरु गोबिंद सिंह साहब जी दे सरबंस वारन दे करके है, पर शहीदी की दास्तान बड़ी दर्दीली ते दर्दनाक है। इन्हां शहीदी साकियां नूं लिखण लग्गिआं लेखक कह दिंदा है कि ऐ सतगुरु ये तुहाडा शहीदी साका इतना दर्दीला ते दर्दनाक है कि इहनूं लिखण लग्गिआं कलम लहू दे हंजू घेरदी है, अखां रोंदियां ने, दिल पाट जांदा है ते जान हैरान हुंदी है। जान हैरान कदी साडी हुंदी है, कदी उस तरीके दे नाल असी अंदर दे जज्बे नाल सिजदा करदे हां, कदी साडी अखां गिलियां हुंदियां ने, कदी अथरू आउंदे ने, जे आउंदे ने ते उस सिख तों कुरबान, नहीं तो टैलीविजन के झूठे नाटकों वेख के फिल्म दियां झूठियां कहानियां वेख के तो साड़ी अखां च अथरू आ जांदे ने, पर शहीदी साके सुन के नहीं, क्योंकि ओहो जा दर्द इस पासे असी नहीं रखे आए। तो कई बार तो इं भी हुंदा है जी ये इतिहास से सुनिया होया है, सुन लिया सी, पर फिल्मां कई कई बारी लोग वेखते ने, नाटक कई कई बारी वेखते ने, नहीं सच नाल सांझ पाउणी है। हुक्म होया संगत दा कि जरूर जिक्र करना है, ते शब्द दी विचार दे नाल नाल आपा कुछ विचारां शहीदी साके बारे भी सरवण करांगे। तुहानू इउं लगेगा कि सब कुछ अखां दे सामने वापर रिहा है, ओ प्यार ते श्रद्धा लैके अंदर बैठो। गुरु नानक देव साहब जी ने कह दिता ना कि किसी घर दे च मौत हो जावे, जिगर दा टोटा सिर दा साईं कोई सज्जन चलाना कर जावे, या बंदा बर्बाद हो जावे, घाटा पै जावे, ते कई बारी मातावां भैणां इउं रोंदियां ने, है करके ओहो करेन गल्लां पिटन सिर खुहेन, कहिंदे हाए हाए करदियां ने, ओह करदियां ने, गल्लां पिटदियां ने, सिर दे वाल पुट सुटदियां ने, दो हथड़े मार के धरती तक हिला दिंदियां ने, इउं रोंदियां ने, पर कहिंदे ये रोना मैनूं परवान नहीं, काश कोई होवे इहो जिहा जिहदी अखां च इक अथरू भी उस मालक वाहिगुरु जी दे विछोड़े करके गुरु दे प्रेम करके निकल आवे ना। ते गुरु नानक देव साहब जी कहिंदे मैं उस तों कुरबान जांदा हाँ, नाउ लैन अर करन संभाए, नानक तिन बलिहारे जाए, मैं उस तों बलिहार जांदा, ते जिस तों गुरु नानक देव साहब जी बलिहार जाण उसका जीवन सफल हो जाता है। पर उहदे लई विवेक ने दे नाल वैराग भी जरूरी है, गुरु प्रति अखां भिजणियां लाजमी ने, जरूरी ने। करो कृपा मन जे किते भटक रिहा है, मन नूं आवाज मारो, मन परदेसी वे प्यारे आओ घरे, ते एक वारी गज के उच्चारण करो सतनाम श्री, एक वारी फिर करो कृपा सतनाम श्री वाहे गुरु। बसंत महला तीजा, बसंत राग दे विच महला तीजा गुरु अमरदास साहब जी का यह शब्द है। एक तुका भी एक तुक वाली ये लाइना ने
ਭਾਵੇਂ ਛੋਟੀ ਲਾਈਨਾਂ ਦੋਨਾਂ ਜੋ ਨੇ ਉਹਨਾਂ ਨੂੰ ਜੋੜ ਕੇ ਇੱਕ ਤੁੱਕ ਬਣਦੀ ਹੈ ਅਤੇ ਉੱਪਰ ਹੈਡਿੰਗ ਦਿੱਤਾ ਇੱਕ ਤੁੱਕਾ, ਪਰ ਅੱਜ ਸ਼ਬਦ ਵੀ ਕਮਾਲ ਦਾ ਇਉਂ ਲੱਗ ਰਿਹਾ ਜਿਸ ਤਰ੍ਹਾਂ ਇਹ ਗੁਰੂ ਕਾ ਸ਼ਬਦ ਭਾਈ ਮਤੀ ਦਾਸ ਜੀ, ਸਤੀ ਦਾਸ ਜੀ, ਦਿਆਲਾ ਜੀ ਨੂੰ ਅਸੀਸ ਦੇ ਰਿਹਾ ਹੈ ਕਿ ਉਹ ਐਸੇ ਸੇਵਕ ਸਨ ਕਿ ਉਹ ਡੋਲੇ ਨਹੀਂ, ਉਹ ਗੁਰੂ ਨੂੰ ਛੱਡ ਕੇ ਦੌੜੇ ਨਹੀਂ। ਇਹੋ ਜਿਹਾ ਇੱਕ ਸ਼ਬਦ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਰ ਦਰਜ ਹੈ ਜਿੱਥੇ ਕਿਹਾ ਸਾਹਿਬ ਸੰਕਟ ਵੈ ਸੇਵਕ ਭਜੈ। ਜੇ ਕਿਤੇ ਸਾਹਿਬ ਦੇ ਉੱਤੇ ਸੰਕਟ ਆ ਜਾਵੇ, ਕੋਈ ਔਖਾ ਵੇੜਾ ਆ ਜਾਵੇ, ਉਦੋਂ ਸੇਵਕ ਜਿਹੜੇ ਨੇ ਉਹ ਪਿੱਠ ਵਿਖਾ ਕੇ ਦੌੜ ਜਾਂਦੇ ਨੇ ਤੇ ਉਹਨਾਂ ਬਾਰੇ ਕਿਹਾ ਚਿਰੰਕਾਲ ਨਾ ਜੀਵੈ ਦੋ ਕੁੱਲ ਲਜੈ। ਕਹਿੰਦੇ ਉਹ ਜ਼ਿਆਦਾ ਸਮਾਂ ਜਿੰਦਾ ਨਹੀਂ ਰਹਿ ਸਕਦੇ ਤੇ ਫਿਰ ਆਪਣੀ ਕੁੱਲ ਨੂੰ ਵੀ ਦਾਗ ਲਵਾ ਲੈਂਦੇ ਨੇ, ਸ਼ਰਮਿੰਦਾ ਕਰ ਦਿੰਦੇ ਨੇ। ਪਰ ਜਿਹੜੇ ਸੰਕਟ ਦੇ ਵੇਲੇ, ਔਖੇ ਵੇਲੇ ਉਹ ਸਾਹਿਬ ਦੇ ਨਾਲ ਰਹਿੰਦੇ ਨੇ, ਕਹਿੰਦੇ ਉਹ ਜਿਉਂਦਿਆਂ ਜੀ ਅਮਰ ਹੋ ਜਾਂਦੇ ਨੇ, ਮਰ ਕੇ ਵੀ ਨਹੀਂ ਮਰਦੇ ਤੇ ਕਹਿੰਦੇ ਨਾਲ ਉਹ ਕੁੱਲਾਂ ਦੀਆਂ ਕੁੱਲਾਂ ਤਾਰ ਲੈਂਦੇ ਨੇ। ਹੋਇਆ ਨਹੀਂ ਇਹ, ਸਾਕਾ ਚਮਕੌਰ ਸਾਹਿਬ ਵਾਪਰਿਆ, ਉਹ 40 ਸਿੰਘ ਸਨ। ਜੇ ਅਨੰਦਪੁਰ ਸਾਹਿਬ ਵਸਦਾ ਰਸਦਾ ਹੈ, ਗੁਰੂ ਕੁਲ ਸ਼ਾਨੋ ਸ਼ੌਕਤ ਹੈ, ਰਾਜੇ ਮਹਾਰਾਜਿਆਂ ਬਾਦਸ਼ਾਹਾਂ ਤੋਂ ਵੱਧ ਕੇ ਸ਼ਾਨ ਹੈ, ਉਦੋਂ ਵੀ ਉਹ ਗੁਰੂ ਦੇ ਸੀ। ਤੇ ਜੇ ਕਿਤੇ ਅੱਜ ਗੁਰੂ ਕੁਲ ਅਨੰਦਪੁਰ ਸਾਹਿਬ ਵੀ ਨਹੀਂ ਹੈ, ਪਰਿਵਾਰ ਵਿਛੋੜਾ ਹੋ ਗਿਆ ਏ, ਮਾਂ ਦਾ ਪਤਾ ਨਹੀਂ, ਮਹਿਲਾਂ ਦਾ ਪਤਾ ਨਹੀਂ, ਛੋਟੇ ਲਾਲਾਂ ਦਾ ਪਤਾ ਨਹੀਂ ਹੈ, ਗੁਰੂ ਕੁਲ ਅੱਜ ਕੁਝ ਵੀ ਨਹੀਂ ਹੈ, ਉਦੋਂ ਵੀ ਉਹ ਗੁਰੂ ਦੇ ਹੋ ਕੇ ਰਹੇ ਨੇ, ਗੁਰੂ ਨੂੰ ਛੱਡ ਕੇ ਭੱਜੇ ਨਹੀਂ। ਤੇ ਜਿਹੜੇ ਅਨੰਦਪੁਰ ਸਾਹਿਬ ਦੇ ਕਿਲੇ ਭੱਜ ਵੀ ਗਏ ਸਨ ਤੇ ਉਹਨਾਂ ਦੀ ਹਾਲਤ ਕੀ ਹੋਈ ਤੁਹਾਨੂੰ ਪਤਾ ਹੈ। ਸਾਹਿਬ ਕਹਿੰਦੇ ਸਾਹਿਬ ਭਾਵੈ ਸੇਵਕ ਸੇਵਾ ਕਰੈ, ਪਰ ਇਹ ਵੀ ਵੱਡੇ ਭਾਗਾਂ ਨਾਲ ਸੇਵਾ ਮਿਲਦੀ ਹੈ। ਹਰ ਇੱਕ ਉੱਤੇ ਗੁਰੂ ਦੀ ਖੁਸ਼ੀ ਨਹੀਂ ਹੁੰਦੀ, ਹਰ ਇੱਕ ਉੱਤੇ ਸਾਹਿਬ ਮਾਲਕ ਵਾਹਿਗੁਰੂ ਜੀ ਦੀ ਵੀ ਖੁਸ਼ੀ ਨਹੀਂ ਹੁੰਦੀ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਪਰ ਨਾਲ ਇਹ ਵੀ ਤਾਂ ਕਿਹਾ ਜਿਸ ਤੂੰ ਆਪ ਕਰਾਏ, ਜਿਸ ਤੋਂ ਸੇਵਾ ਲੈਣਾ ਚਾਹੇ ਉਹਨੂੰ ਉਹ ਦਿੰਦਾ ਹੈ ਸੇਵਾ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਸੇਵਾ ਲੈਣੀ ਚਾਹੀ ਸੀ ਭਾਈ ਮਤੀ ਦਾਸ ਜੀ, ਦਿਆਲਾ ਜੀ, ਸਤੀ ਦਾਸ ਜੀ ਤੋਂ। ਉਹ ਟਿਕ ਕੇ ਰਹੇ ਗੁਰੂ ਕੋਲ। ਇਹ ਚਾਦਰ ਬਣਨਾ ਸੌਖਾ ਨਹੀਂ ਸੀ। ਆਪ ਨੂੰ ਪਤਾ ਹੋਵੇ, ਸੰਖੇਪ 'ਚ ਜ਼ਿਕਰ ਕਰਾਂ ਕਿ ਜਿਸ ਵੇਲੇ ਸਤਿਗੁਰੂ ਨੇ ਕਹਿ ਦਿੱਤਾ ਬ੍ਰਾਹਮਣਾਂ ਨੂੰ ਕਿ ਜਾ ਕੇ ਹਕੂਮਤ ਨੂੰ ਕਹਿ ਦਿਓ ਕਿ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਧਰਮ ਛੱਡ ਦੇਣਗੇ ਤੇ ਅਸੀਂ ਵੀ ਛੱਡ ਦਿਆਂਗੇ। ਹਕੂਮਤ ਨੇ ਜਦ ਸੁਣਿਆ ਉਹ ਤੇ ਖੁਸ਼ ਹੋ ਗਏ। ਉਹਨਾਂ ਨੇ ਸੋਚਿਆ ਕਿ ਇੱਕ ਨੂੰ ਮਨਾਉਣਾ ਕਿਹੜਾ ਔਖਾ ਹੋਵੇਗਾ, ਪੂਰੇ ਭਾਰਤ ਵਰਸ਼ ਦੇ ਹਿੰਦੂ ਭਰਾਵਾਂ ਨੂੰ ਇਸਲਾਮ ਹੇਠ ਲਿਆਉਣਾ, ਹਿੰਦੂਆਂ ਨੂੰ ਇਸਲਾਮ ਹੇਠ ਲਿਆਉਣਾ ਔਖੀ ਗੱਲ ਹੋਵੇਗੀ, ਪਰ ਜੇ ਇੱਕ ਨੂੰ ਲਿਆਉਣ ਨਾਲ ਸਾਰੇ ਮੰਨ ਜਾਣਗੇ ਇਹ ਤੇ ਸੌਖੀ ਗੱਲ ਹੋ ਜਾਵੇਗੀ। ਕੁਝ ਵੀ ਕਰਾਂਗੇ ਪਰ ਮਨਾ ਲਾਂਗੇ। ਪਰ ਇਹਨਾਂ ਨੂੰ ਕੀ ਪਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੂੰ ਮਨਾਉਣਾ ਕੋਈ ਇੰਨੀ ਸੌਖੀ ਗੱਲ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਕਹਿ ਕੇ ਭੇਜ ਦਿੱਤਾ ਤੇ ਬ੍ਰਾਹਮਣਾਂ ਨੇ ਜਾ ਕੇ ਤੇ ਉੱਥੇ ਕਹਿ ਦਿੱਤਾ ਕਿ ਬਈ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਧਰਮ ਛੱਡ ਦਿੰਦੇ ਨੇ ਅਸੀਂ ਵੀ ਛੱਡ ਦਿਆਂਗੇ। ਹਕੂਮਤ ਨੇ ਸੋਚਿਆ ਛੇਤੀ ਤੋਂ ਛੇਤੀ ਬੁਲਾਇਆ ਜਾਵੇ, ਗ੍ਰਿਫਤਾਰ ਕਰ ਲਿਆ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਤੁਰ ਪਏ ਨੇ ਦਿੱਲੀ ਵੱਲ। ਅੱਜ ਦੇਖੋ ਕਤਲ ਹੋਣ ਵਾਲਾ ਕਾਤਲ ਕੋਲ ਆਪ ਤੁਰ ਕੇ ਜਾ ਰਿਹਾ ਹੈ, ਪਰ ਐਵੇਂ ਥੋੜ੍ਹਾ ਕਹਿ ਦਿੱਤਾ ਸੀ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਸੇ ਨੇ ਵੀ ਪੂਰਨ ਵਿਸ਼ਵਾਸ ਭਰੋਸੇ ਨਾਲ ਚੇਤੇ ਕੀਤਾ ਹੈ ਨਾ ਤੇ ਸਾਹਿਬ ਉੱਥੇ ਪਹੁੰਚੇ ਨੇ। ਜੇ ਕਿਤੇ ਇੱਕ ਬਜ਼ੁਰਗ ਮਾਤਾ ਆਗਰੇ ਦੇ ਵਿੱਚ ਯਾਦ ਕਰ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਪੁੱਜੇ ਜਿੱਥੇ ਮਾਈਕਾ ਥਾਨ ਗੁਰਦੁਆਰਾ ਹੈ ਅੱਜ, ਜੇ ਇੱਕ ਆਜੜੀ ਚੇਤੇ ਕਰ ਰਿਹਾ ਹੈ ਭੇਡਾਂ ਚਾਰਨ ਵਾਲਾ ਮੁਸਲਮਾਨ, ਉਹਦੀ ਅਰਦਾਸ ਵਿੱਚ ਵੀ ਦੇਖੋ ਕਿਤੇ ਨਾ ਕਿਤੇ ਲੋਭ ਵੀ ਹੈ ਤੇ ਨਾਲ ਭਰੋਸਾ ਵੀ ਹੈ। ਉਹ ਕਹਿੰਦਾ ਸਤਿਗੁਰੂ ਮੈਂ ਤਾਂ ਸੁਣਿਆ ਹੈ ਕਿ ਹਕੂਮਤ ਨੇ 500 ਸੋਨੇ ਦੀ ਮੋਹਰਾਂ ਇਨਾਮ ਰੱਖਿਆ ਵੀ ਜੋ ਵੀ ਤੁਹਾਡੇ ਬਾਰੇ ਦੱਸੇਗਾ ਤੇ ਉਹਨੂੰ 500 ਸੋਨੇ ਦੀ ਮੋਹਰਾਂ ਦਿੱਤੀਆਂ ਜਾਣਗੀਆਂ। ਜਾਣਾ ਤੇ ਹੈ, ਤੁਸੀਂ ਆਪ ਜਾ ਰਹੇ ਹੋ, ਕਿਤਨਾ ਚੰਗਾ ਹੋਵੇ ਕਿ ਤੁਸੀਂ ਗ੍ਰਿਫਤਾਰੀ ਮੇਰੇ ਰਾਹੀਂ ਦੇ ਦਿਓ, ਮੈਨੂੰ 500 ਸੋਨੇ ਦੀ ਮੋਹਰਾਂ ਮਿਲ ਜਾਣ ਤੇ ਮੇਰੀ ਗਰੀਬੀ ਦੂਰ ਹੋ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਉੱਥੋਂ
ਜੰਗਲ ਵਿੱਚ ਘੋੜੇ ਤੇ ਸਵਾਰ ਉਸ ਆਜੜੀ ਕੋਲ ਪਹੁੰਚ ਜਾਂਦੇ ਨੇ, ਤਰੀਕਾ ਵਰਤਦੇ ਨੇ, ਉਹਦੇ ਰਾਹੀਂ ਗ੍ਰਿਫਤਾਰੀ ਦਿੰਦੇ ਨੇ। ਉਹ ਹੈਰਾਨ ਹੋ ਜਾਂਦਾ, ਚਰਨਾਂ ਉੱਤੇ ਡਿੱਗਦਾ, ਉਹਦੀ ਭੁੱਬਾਂ ਨਿਕਲ ਜਾਂਦੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਸਿਧਾਂਤਾਂ 'ਤੇ ਪਹਿਰਾ ਦਿੱਤਾ। ਐਸੀ ਗੱਲ ਨਹੀਂ ਕਿ ਕੇਵਲ ਹਿੰਦੂ ਭਰਾਵਾਂ ਲਈ ਹੀ ਕੀਤਾ, ਜੇ ਇਹੋ ਜਿਹੀ ਮੁਸ਼ਕਲ ਮੁਸਲਮਾਨ ਭਰਾਵਾਂ ਉੱਤੇ ਬਣਦੀ ਨਾ, ਉਹਨਾਂ ਦਾ ਧਰਮ ਜ਼ਬਰਦਸਤੀ ਤਬਦੀਲ ਕੀਤਾ ਜਾ ਰਿਹਾ ਹੁੰਦਾ ਅਤੇ ਉਹ ਪੁਕਾਰ ਕਰਦੇ ਆਉਂਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹਾਂ ਉਹਨਾਂ ਦੀ ਵੀ ਫੜਨੀ ਸੀ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜਿਸ ਵੇਲੇ ਦਿੱਲੀ ਪਹੁੰਚੇ ਨੇ, ਚਾਦਰ ਬਣਨਾ ਸੌਖਾ ਨਹੀਂ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦ ਇੱਕ ਹਵੇਲੀ 'ਚ ਰੱਖਿਆ ਗਿਆ, ਉਹਨੂੰ ਭੂਤਾਂ ਦੀ ਹਵੇਲੀ ਕਿਹਾ ਜਾਂਦਾ ਸੀ, ਅਤੇ ਉੱਥੇ ਸਤਿਗੁਰੂ ਜੀ ਨੂੰ ਰੱਖਿਆ ਗਿਆ, ਪਹਿਰੇ 'ਤੇ ਪਹਿਰੇਦਾਰ ਨੇ। ਪਰ ਸਾਹਿਬ ਨੂੰ ਕੋਈ ਪਾਣੀ ਦਾ ਨਹੀਂ ਪੁੱਛਿਆ ਗਿਆ, ਕੋਈ ਸਤਿਕਾਰ ਵਾਲੀ ਗੱਲ ਹਾਲੇ ਨਹੀਂ ਕੀਤੀ ਗਈ, ਅਤੇ ਭਾਈ ਮਤੀ ਦਾਸ ਜੀ ਬਰਦਾਸ਼ਤ ਨਾ ਕਰ ਸਕੇ ਅਤੇ ਕਹਿ ਦਿੱਤਾ, ਸਤਿਗੁਰੂ ਜੇ ਕਿਤੇ ਆਪ ਦਾ ਹੁਕਮ ਹੋਵੇ ਤਾਂ ਇਸ ਹਕੂਮਤ ਨੂੰ ਇੱਟ ਨਾਲ ਇੱਟ ਖੜਕਾ ਕੇ ਤਬਾਹ ਕਰਦੇ ਹਾਂ। ਸਾਹਿਬ ਕਹਿੰਦੇ ਕਿ ਸੱਜਣਾ ਤੇਰੇ ਕੋਲ ਇੰਨੀ ਬਰਕਤ ਹੈ? ਕਹਿਣ ਲੱਗਾ, ਸਤਿਗੁਰੂ ਹੈ, ਕਿੱਥੋਂ ਆਈ? ਆਪ ਜੀ ਦੇ ਚਰਨਾਂ ਦੀ ਸੇਵਾ ਕਰਨ ਕਰਕੇ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਬਾਰ ਤੋਂ ਇਹ ਬਰਕਤਾਂ ਮਿਲੀਆਂ ਨੇ। ਤੇ ਜੇ ਤੇਰੇ ਕੋਲ ਗੁਰੂ ਦੀ ਸੇਵਾ ਕਰਨ ਨਾਲ ਇਤਨੀ ਬਰਕਤ ਅਜ਼ਮਤ ਆ ਸਕਦੀ ਹੈ ਕਿ ਉਸ ਗੁਰੂ ਕੋਲ ਨਹੀਂ ਹੋਵੇਗੀ? ਪਰ ਗੁਰੂ ਨਾਨਕ ਦੇ ਦਰਬਾਰ ਦਾ ਇੱਕ ਨਿਯਮ ਹੈ, ਪਹਿਲਾਂ ਪ੍ਰੇਮ ਦੀ ਬੋਲੀ, ਫਿਰ ਬਰਦਾਸ਼ਤ ਕਰਨ ਦੀ ਹੱਦ ਮੁਕਾ ਦੇਣੀ, ਤਦ ਵੀ ਜ਼ੁਲਮ ਤੇ ਜ਼ਾਲਮ ਨਾ ਮੁੜੇ, ਉਦੋਂ ਫਿਰ ਸ਼ਮਸ਼ੀਰ ਦੇ ਦਸਤੇ ਉੱਤੇ ਹੱਥ ਜਾਵੇਗਾ। ਉਹ ਸਮਾਂ ਆਵੇਗਾ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਤੱਕ ਕੇਵਲ ਪ੍ਰੇਮ ਦੀ ਬੋਲੀ ਹੈ, ਪਰ ਜਦ ਜ਼ੁਲਮ ਤੇ ਜ਼ਾਲਮ ਨਾ ਮੁੜਿਆ, ਉਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਰਦਾਸ਼ਤ ਕਰਨ ਦੀ ਹੱਦ ਮੁਕਾ ਦਿੱਤੀ। ਤੱਤੀਆਂ ਤਵੀਆਂ ਉੱਤੇ ਬੈਠ ਜਾਣਾ, ਗਰਮ ਰੇਤ ਦੇ ਕੜਛੇ ਪੁਆ ਲੈਣੇ, ਉਬਲਦੇ ਪਾਣੀ 'ਚ ਉਬਲ ਜਾਣਾ, ਇਸ ਤੋਂ ਵੱਧ ਕੋਈ ਕੀ ਬਰਦਾਸ਼ਤ ਕਰ ਸਕਦਾ ਹੈ? ਤੇ ਤਦ ਵੀ ਜਦ ਜ਼ੁਲਮ ਤੇ ਜ਼ਾਲਮ ਨਾ ਮੁੜਿਆ, ਉਦੋਂ ਫਿਰ ਗੁਰੂ ਨਾਨਕ ਦੇ ਦਰਬਾਰ ਤੋਂ ਕ੍ਰਾਂਤੀ ਇਨਕਲਾਬ ਦੀ ਆਵਾਜ਼ ਆਈ ਤੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਤੇ ਚਾਰ ਜੰਗਾਂ ਲੜ ਕੇ ਤੇ ਚਾਰੇ ਜੰਗਾਂ ਜਿੱਤ ਕੇ ਜ਼ੁਲਮ ਤੇ ਜ਼ਾਲਮ ਦਾ ਮੂੰਹ ਮੋੜ ਕੇ ਰੱਖ ਦਿੱਤਾ ਸੀ, ਇੱਕ ਵਾਰੀ ਜੜ ਪੁੱਟ ਦਿੱਤੀ ਸੀ। ਉਸ ਤੋਂ ਬਾਅਦ ਤੁਸੀਂ ਵੇਖੋ, ਫਿਰ ਪ੍ਰੇਮ ਦੀ ਬੋਲੀ ਹੈ। ਗੁਰੂ ਹਰਰਾਜ ਸਾਹਿਬ ਜੀ ਕੋਲ 2200 ਘੁੜਸਵਾਰ ਫੌਜੀ ਨੇ, ਪਰ ਕੋਈ ਜੰਗ ਨਹੀਂ ਲੜਾਈ ਨਹੀਂ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੱਕ ਕੇਵਲ ਪ੍ਰੇਮ ਦੀ ਬੋਲੀ ਹੈ, ਪਰ ਜਦ ਜ਼ੁਲਮ ਤੇ ਜ਼ਾਲਮ ਨਾ ਮੁੜਿਆ, ਉਹ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦਾ ਵੇਲਾ ਆ ਗਿਆ ਬਰਦਾਸ਼ਤ ਕਰਨ ਦੀ ਹੱਦ ਮੁਕਾਉਣ ਦਾ। ਕਿਤੇ ਜਣਾ ਖਣਾ ਇਹ ਨਾ ਕਹਿ ਦੇਵੇ ਕਿ ਗੁਰੂ ਨਾਨਕ ਦੇ ਦਰਬਾਰ ਨੇ ਅਜਾਈਂ ਤਲਵਾਰ ਚੱਕ ਲਈ। ਹੁਣ ਇਤਨਾ ਕੌਣ ਬਰਦਾਸ਼ਤ ਕਰੇਗਾ ਵੀ ਜੀਂਦਿਆਂ ਜੀ ਆਰੇ ਨਾਲ ਚੀਰ ਦਿੱਤਾ ਜਾਣਾ, ਉਬਲਦੇ ਪਾਣੀ 'ਚ ਉਬਾਲ ਦਿੱਤਾ ਜਾਣਾ, ਰੂਹ ਵਿੱਚ ਵਲੇਟ ਕੇ ਜੀਂਦਿਆਂ ਜੀ ਸਾੜ ਦਿੱਤਾ ਜਾਣਾ, ਤਦ ਵੀ ਜਦ ਜ਼ੁਲਮ ਤੇ ਜ਼ਾਲਮ ਨਾ ਮੁੜਿਆ, ਉਦੋਂ ਫਿਰ ਗੁਰੂ ਨਾਨਕ ਦੇ ਦਰਬਾਰ ਤੋਂ ਫਿਰ ਇਨਕਲਾਬ ਦੀ ਆਵਾਜ਼ ਆਈ, ਚੂੰਕਾਰ ਅੱਜ ਹਮਾਹੀਲ ਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਹੁਣ ਸ਼ਮਸ਼ੀਰ ਦੇ ਦਸਤੇ ਉੱਤੇ ਹੱਥ ਜਾਵੇਗਾ। ਤੇ 14 ਤੋਂ ਵੱਧ ਜੰਗਾਂ ਲੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਮੁਗਲ ਹਕੂਮਤ ਦੀ ਜੜ ਪੁੱਟ ਕੇ ਰੱਖ ਦਿੱਤੀ। ਦਾਸ ਅਰਜ ਕਰਿਆ ਸੀ ਕਿ ਜਦ ਮਤੀ ਦਾਸ ਦੀ ਇਹ ਗੱਲ ਸੁਣੀ ਨਾ, ਪਹਿਰੇਦਾਰਾਂ ਨੇ ਅੰਦਰ ਤੱਕ ਡਰ ਗਏ, ਇੰਨੀ ਸ਼ਕਤੀ ਹੈ। ਦੌੜ ਕੇ ਦੱਸਿਆ ਹਕੂਮਤ ਨੂੰ, ਉਸੇ ਵੇਲੇ ਕਹਿੰਦੇ ਤਿਆਰੀਆਂ ਹੋਈਆਂ। ਰਾਤ ਨੂੰ ਹੀ ਲੋਹੇ ਦਾ ਪਿੰਜਰਾ ਤਿਆਰ ਕੀਤਾ ਗਿਆ, ਉਸ ਪਿੰਜਰੇ ਦੇ ਵਿੱਚ ਉੱਪਰ ਥੱਲੇ ਅੱਗੇ ਪਿੱਛੇ ਤਿੱਖੇ ਸੂਵੇ ਸਨ, ਕਿੱਲਾਂ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਸ ਵਿੱਚ ਕੈਦ ਕਰ ਦਿੱਤਾ ਗਿਆ। ਸਾਹਿਬ ਜੇ ਢੋਲ ਆਉਂਦੇ ਨੇ ਤਾਂ ਵੀ ਉਹ ਚੁੱਭਦੇ ਨੇ, ਤਿੱਖੇ ਸੂਵੇ ਉੱਪਰ ਥੱਲੇ ਨਾ ਬੈਠ ਸਕਦੇ ਨੇ ਨਾ ਖੜ੍ਹੇ ਹੋ ਸਕਦੇ ਨੇ। ਇਹ ਚਾਦਰ ਬਣਨਾ ਇੰਨਾ ਸੌਖਾ ਨਹੀਂ, ਬੜਾ ਲੰਮਾ ਸਮਾਂ ਤਿਆਗ ਤੇ ਵੈਰਾਗ ਦੀ ਮੂਰਤ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੰਦਗੀ ਕੀਤੀ। ਉਸ ਤੋਂ ਬਾਅਦ ਬਹੁਤ ਕੁਝ ਸਹਾਰਿਆ ਆਪਣੇ ਉੱਤੇ ਤੇ ਤਾਂ ਜਾ ਕੇ ਇਸ ਦੇਸ਼ ਦੀ ਪੱਤ ਨੂੰ ਟੱਕਿਆ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ। ਕਹਿੰਦੇ ਸਵੇਰ ਹੋਈ, ਕਾਜੀ ਕੋਤਵਾਲ ਜੱਲਾਦ ਹਕੂਮਤ ਵੱਲੋਂ ਸਾਹਮਣੇ ਆ ਗਏ ਨੇ। ਕਾਜੀ ਨੇ ਕਿਹਾ ਕਿ ਤਿੰਨ ਸ਼ਰਤਾਂ ਨੇ ਤੁਹਾਡੇ ਸਾਹਮਣੇ,
पहली गल अपना धर्म छड्ड दिओ। गुरु तेग बहादुर साहब जी ने कहा कि मेरे धर्म च मैनू कोई कमजोरी नजर नहीं आउंदी, इस करके मैं अपना धर्म नहीं छड्डांगा। तुहानू नहीं कहा जांदा धर्म छड्डन लई, तुसी किस तरह हक रखदे हो किसी होर नू धर्म छड्डन लई कहण लई, धर्म नहीं छड्डांगे। ते दूजी गल करामात विखाओ। गुरु तेग बहादुर साहब जी ने कहा करामात है कहर फकीर न दसे, साई खड़ा सिर ऊपर हसै। जो अगे चल के गुरु गोबिंद सिंह साहब जी ने कहा ना, नाटक चेटक किए कुकाजा, प्रभ लोगन कह आवत लाजा। ये नाटक चेटक ये करामात असी नहीं विखावांगे। ते फिर तीजी गल तृतीय प्राण हान की बात, सीस देण दी गल जो है सो सहे हम अपने गात। तीजी गल तुहाडी मैनू प्रवान है, मैं सीस देण लई तैयार हाँ। जद क्या ना सीस देण लई तैयार हाँ, सामने वाले हक्के बक्के रह गए, हैरान हो गए भी इउं भी कोई एकदम मौत नू कबूल कर सकदा, सीस देण लई तैयार हो सकदा। मुड़ गए वापस, सोचिया विचारां कीतियां, जे किते सीस लै लिया ते फिर ते इक क्रांति इनकलाब आ जाएगा, फिर ते लोकां दी अणख गैरत जाग पएगी, फिर लोग सीस देण लई ते तैयार हो जाणगे, पर धर्म कोई नहीं छड्डेगा। सारी रात दिन सोचदे रहे भी की कीता जावे। ते विच्चों कुछ लोग जो दूजे धर्मां नूं भी पढ़न वाले सन, उन्हां विद्वानां ने बादशाह नूं कहा कि असी गुरु नानक दे दरबार दी बाणी नूं पढ़िया है, उत्थे कहा जांदा माता प्रीत करे पुत खाए, मीने प्रीत भई जल नाए, सतगुर प्रीत गुरसिख मुख पाए। उत्थे कहा जांदा है कि गुरु अपने सिखां नूं बिल्कुल मां वांग प्यार करदा है। जिस तरह मां दे सामने बच्चा बैठ के रोटी खावे ना, ते बुरकी बच्चे दे मूँह च पैंदी, रज मां जांदी है। रोटी बच्चा खा रहा, खून मां दा वधदा है। ते मां उत्ते कई बारी जितने मर्जी जुल्म हो जान, वह सब कुछ सहार जांदी है, पर जद उहदे बच्चियां उत्ते जुल्म हुंदे ने ना, उहनां नूं अक्खां दे सामने टोटे टोटे कीता जावे ते मां डोल जांदी है। ते हुण इउं करना चाहीदा है, जे गुरु मां वांग बच्चियां नूं प्यार करदा है ते पहलां गुरु दा सीस ना लिया जावे, पहलां उहदे सिख बच्चियां नूं उहदे सामने टोटे टोटे कीता जावे, गुरु डोल जावेगा। इह तरीका अपनाया। काजी कोतवाल जल्लाद बेअंत सिपाही आ गए गुरु दे सामने। भाई मती दास जी नूं खड़ा कर लिया गया ते कहा एक पासे तेरा गुरु है, दूजे पासे असी हाँ। जे तू गुरु वल तुरेगा तैनू करांगे आरे नाल जींदियां जी दो फाड़, पर जे तू साडे वल तुरेगा ना, दुनिया दे सुख तेरे कदमां च रुलणगे, सुंदर औरतां दे डोले तैनू दित्ते जाणगे, जागीरां तेरे नाम ला दित्तियां जाणगियां। दस तू दुनिया दे सुख चुनने ने या गुरु वल तुर के आर्य दा दुख चुनना है। उदों इस प्रेम दे खिडारी ने कह दिता, भाई सजनों मैं दुनिया दे सुख तां माण के वेखे ने, पर गुरु दे प्रेम च भिज के सीस उत्ते आरा चलवा लैणा, उहदे च सुख मिलदा या दुख मिलदा तां मैनूं पता ही नहीं, चाहुण किस तरह करां। काजी कहिंदा फिर की करिए। ते प्रेम दा खिडारी कहिंदा आरा रख ही दिओ सीस उत्ते, दो उंगलां आरा चला दिओ, उस तों बाद मैं दसांगा कि मैनू की करना है। काजी क्रोध चाया, इशारा होया ते फटियां नाल भाई साहब जी नूं जकड़ दिता गया है। आरा सीस उत्ते रखिया, गुरु वल सिख दा मूंह है, वेखण वालियां दे हिरदे हल गए। ये टैलीविजन दा झूठा नाटक नहीं है, इमोशनल ब्लैकमेल नहीं है, इस सच इउं होया है। कदी तुसी इमेजिन भी करो ना, किते आरा मशीन चल रही होवे ते लकड़ नूं चीरिया जा रहा होवे, जे सोचो ही ना कि बंदे दे शरीर नूं किस तरह चीरिया जावेगा ते रूह कंब जांदी है। ते जिथे जींदियां जी अखां दे सामने आरा चल रहा होवे, लोकां दे हिरदे हल गए, अखां च अथरू ने, आरा चलिया केसां नूं पाड़ के चमड़ी च उतरिया, ते ज्यों कहिंदे दोनां जल्लादां ने आरे नूं खिचिया है, खून दी फुहार, ओह खून दी फुहार छुट्टी है ते पवित्र खून भाई साहब जी दे दाड़े उत्ते नज़र आ रहा है। कमजोर दिल बंदे बेहोश होके डिग गए ने, अज भी हुंदा है, एक्सीडेंट ही हो जावे ना किसी का, ते कुछ लोग खून वेख के बर्दाश्त नहीं कर पाते, बेहोश हो जाते हैं। ते जे अखां दे सामने वापर रहा होवे, कहिंदे
लोग बेहोश हो गए ने पर ए प्रेम दा खिडारी कहंदे काजी ने सोचा डर गया होवेगा रोक दिता जल्लाद नू पुछया हुण दस तेने बड़ी वजद च आ के चढ़दी कला च कहा अज मैनू पता लगा मैं ते गुरु ग्रंथ साहब जी विचों पढ़दा सां ਉਹ ਆਸਾ ਰਾਗ ਦੇ ਵਿੱਚ ਜੋ ਬਾਬਾ ਕਬੀਰ ਸਾਹਿਬ ਜੀ ਨੇ ਆਵਾਜ਼ ਮਾਰੀ ਸੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਉਹ ਕਹਿੰਦੇ ਸਨ ਕਿ ਮਾਲਕ ਵਾਹਿਗੁਰੂ ਤੂੰ ਕਰਵਟ ਦੇ ਦੇਵੇਂ ਮੂੰਹ ਫੇਰ ਲਵੇ ਨਾ ਉਹ ਮੈਨੂੰ ਆਰੇ ਤੋਂ ਵੀ ਜ਼ਿਆਦਾ ਦੁੱਖ ਦਿੰਦਾ ਹੈ ਬੇਸ਼ੱਕ ਆਰਾ ਚੱਲ ਜਾਵੇ ਪਰ ਤੂੰ ਮੂੰਹ ਨਾ ਮੋੜੀ ਤੇ ਆਵਾਜ਼ ਆਈ ਸੀ ਸੌਖੀ ਖੇਡ ਨਹੀਂ ਹੈ ਇਹ ਹੋ ਵੀ ਸਕਦਾ ਹੈ ਤੇ ਉਹਨੇ ਕਿਹਾ ਸੀ ਜੋ ਤਨ ਚੀਰ ਹੈ ਤਾਂ ਅੰਗ ਨਾ ਮੋਰੋਂ ਪਿੰਡ ਪਰੈ ਤਾਂ ਪ੍ਰੀਤ ਨਾ ਤੋਰੋਂ ਜੇ ਆਰੇ ਨਾਲ ਚੀਰ ਵੀ ਦਿੱਤਾ ਗਿਆ ਨਾ ਮੈਂ ਮੂੰਹ ਨਹੀਂ ਮੋੜਾਂਗਾ ਜੇ ਆਰਾ ਚੱਲ ਵੀ ਗਿਆ ਮੈਂ ਪ੍ਰੀਤ ਨਹੀਂ ਤੋੜਾਂਗਾ ਅੱਜ ਮੈਨੂੰ ਪਤਾ ਲੱਗਾ ਏ ਕਿ ਆਪਣੇ ਪਿਆਰੇ ਵੱਲ ਮੁੱਖ ਕਰਕੇ ਸੀਸ ਉੱਤੇ ਆਰਾ ਚਲਵਾ ਲੈਣ ਦੇ ਵਿੱਚ ਜੋ ਆਨੰਦ ਹੈ ਉਹ ਦੁਨੀਆਂ ਦੇ ਕਿਸੇ ਸੁੱਖ ਵਿੱਚ ਨਹੀਂ ਹੈ ਕਹਿੰਦੇ ਕਹਿ ਦਿੱਤਾ ਆਰਾ ਚਲਵਾ ਉਦੋਂ ਬਚਨ ਤੈਨੂੰ ਦੁੱਖ ਨਹੀਂ ਹੋ ਰਿਹਾ ਹੋਵੇਗਾ ਤੇ ਸਾਹਮਣੇ ਤੋਂ ਇਹਨੇ ਕਿਹਾ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਭਾਵਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਦੋ ਟੋਟੇ ਨਹੀਂ ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਧਰਮ ਨਾ ਛੋੜ ਸਾਂ ਤੇਰੇ ਦੀਨ ਨਹੀਂ ਲੋੜ ਆਰਾ ਮੈਨੂੰ ਭਾਵਦਾ ਕਾਰਾ ਕਰੋ ਬਣਾਏ ਸੀਸ ਜਾਏ ਤਾਂ ਜਾਣ ਦੇ ਮੇਰਾ ਸਿੱਖੀ ਸਿੱਧਕ ਨਾ ਜਾਏ ਮੇਰਾ ਸਿੱਖੀ ਸਿੱਧਕ ਨਾ ਜਾਏ ਇਉਂ ਸਿੱਖਾਂ ਨੇ ਸਿੱਖੀ ਸਿੱਧਕ ਨੂੰ ਨਿਭਾਇਆ ਹੈ ਸਿੱਖ ਦਾ ਸਿੱਧਕ ਗੁਰੂ ਤੋਂ ਇਲਾਵਾ ਕਿਤੇ ਨਹੀਂ ਡਿੱਗਦਾ ਇੱਕ ਛਿੰਨ ਲਈ ਗੱਲ ਚੇਤੇ ਆਈ ਜੋ ਆਗਰੇ ਦੇ ਵਿੱਚ ਜਹਾਂਗੀਰ ਦਾ ਵੀ ਤੰਬੂ ਲੱਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਘੋੜੇ ਉੱਥੇ ਵੀ ਬੰਨੇ ਨੇ ਘੋੜੇ ਉੱਥੇ ਵੀ ਬਾਹਰ ਬੰਨੇ ਨੇ ਸਿਪਾਹੀ ਉੱਧਰ ਵੀ ਖੜੇ ਨੇ ਸਿੱਖ ਸਿਪਾਹੀ ਇੱਧਰ ਵੀ ਖੜੇ ਨੇ ਉਹ ਵੀ ਕਿਤੇ ਜਹਾਂਗੀਰ ਵੀ ਦਸਤਾਰ ਸਜਾਉਂਦਾ ਸੀ ਕਿਹਾ ਨਾ ਪੱਗ ਤੇਰੀ ਕੀ ਜਹਾਂਗੀਰ ਦੀ ਗੁਰੂ ਹਰਗੋਬਿੰਦ ਸਾਹਿਬ ਦਸਤਾਰ ਤਾਂ ਤੁਹਾਡੀ ਹੈ ਉਹਦੇ ਸਾਹਮਣੇ ਜਹਾਂਗੀਰ ਦੀ ਕੀ ਹੈ ਪਰ ਇੱਕੋ ਜੇ ਲੱਗਦੇ ਸਨ ਭੁਲੇਖਾ ਪੈ ਗਿਆ ਸਿੱਖ ਨੇ ਕਦੀ ਵੇਖਿਆ ਹੀ ਨਹੀਂ ਸੀ ਘਾਈ ਸਿੱਖ ਲੈ ਕੇ ਆਇਆ ਏ ਦੋ ਪੰਡਾਂ ਘਾ ਦੀਆਂ ਉਹਨੇ ਸੋਚਿਆ ਇੱਕ ਘੋੜੇ ਲਈ ਤੇ ਇੱਕ ਵੇਚੀ ਟੱਕਾ ਮਿਲਿਆ ਟੱਕਾ ਲੈ ਕੇ ਪਹੁੰਚਿਆ ਸਿੱਧਕ ਦੀ ਗੱਲ ਹੈ ਤੇ ਭੁਲੇਖੇ ਨਾਲ ਜਹਾਂਗੀਰ ਬਾਦਸ਼ਾਹ ਦੇ ਤੰਬੂ 'ਚ ਚਲਾ ਗਿਆ ਤੇ ਜਦ ਸਿੱਖ ਜਾਂਦਾ ਨਾ ਨਿਮਰਤਾ ਨਾਲ ਜਾਂਦਾ ਕਈ ਵਾਰੀ ਗੁਰੂ ਦੇ ਸਰੂਪ ਦੀ ਤਾਬ ਨੂੰ ਝੱਲ ਨਹੀਂ ਪਾਉਂਦਾ ਹੈ ਤੇ ਉਹ ਨਾ ਨਜ਼ਰਾਂ ਹਾਲੇ ਉੱਪਰ ਚੱਕੀਆਂ ਨਹੀਂ ਸਨ ਚਰਨਾਂ ਵਾਲੀ ਸਨ ਟਕਾ ਰੱਖ ਦਿੱਤਾ ਜੋ ਟਕਾ ਰੱਖ ਕੇ ਕਿਹਾ ਸੱਚੇ ਪਾਤਸ਼ਾਹ ਮੇਰਾ ਲੋਕ ਪਰਲੋਕ ਸਵਾਰ ਦਿਓ ਜਦ ਕਿਹਾ ਲੋਕ ਪਰਲੋਕ ਸਵਾਰ ਦਿਓ ਸੱਚਾ ਪਾਤਸ਼ਾਹ ਕਹਿਣ ਦੀ ਦੇਰ ਸੀ ਕਿ ਜਹਾਂਗੀਰ ਅੰਦਰ ਤੱਕ ਕੰਬ ਗਿਆ ਕਿਉਂਕਿ ਉੱਤੇ ਝੂਠ ਤੇ ਪਹਿਰਾ ਦੇਣ ਵਾਲਾ ਸੀ ਸੱਚਾ ਪਾਤਸ਼ਾਹ ਕਿੱਥੋਂ ਹੋ ਗਿਆ ਸਮਝ ਗਿਆ ਉਹਨੇ ਕਹਿ ਦਿੱਤਾ ਸਿੱਖਾ ਸੱਚਾ ਪਾਤਸ਼ਾਹ ਤੇਰਾ ਦੂਜੇ ਤੰਬੂ ਵਿੱਚ ਹੈ ਪਰ ਤੂੰ ਬਾਦਸ਼ਾਹ ਕੋਲ ਭੁਲੇਖੇ ਨਾਲ ਆਇਆ ਏ ਤੇਰਾ ਪਰਲੋਕ ਤੇ ਨਹੀਂ ਸਵਾਰ ਸਕਦਾ ਇਹ ਲੋਕ ਤੇਰਾ ਸਵਾਰ ਸਕਦਾ ਦੱਸ ਤੇਰਾ ਘਰ ਸੋਨੇ ਦੀ ਮੋਹਰਾਂ ਨਾਲ ਭਰ ਦਿਆਂਗਾ ਹੀਰੇ ਜਵਾਹਰਾਤ ਤੈਨੂੰ ਦੇ ਦਿਆਂਗਾ ਕਹਿੰਦੇ ਸੁਣਦੇ ਸਾਰ ਸਿੱਖ ਨੇ ਨਾ ਸੋਨੇ ਦੀ ਮੋਹਰਾਂ ਦੀ ਪਰਵਾਹ ਕੀਤੀ ਅੱਜ ਦੇ ਸਿੱਖ ਨੂੰ ਜਾਗਣ ਦੀ ਲੋੜ ਹੈ ਜਿੱਥੇ ਗੁਰੂ ਦੇ ਸਿਧਾਂਤਾਂ ਦੀ ਗੱਲ ਹੋਵੇ ਨਾ ਉੱਥੇ ਕੋਈ ਕੰਪਰੋਮਾਈਜ਼ ਨਹੀਂ ਮੈਂ ਤੇ ਬੇਨਤੀ ਕਰਦਾ ਹੁੰਦਾ ਕਿ ਜਾਗਿਆ ਕਰੋ ਗੁਰੂ ਦਰਬਾਰਾਂ ਦੀ ਸੇਵਾ ਲਈ ਕਿਤੇ ਵੀ ਕੋਈ ਸਮਝੌਤਾ ਨਾ ਕਰੋ ਉੱਥੇ ਬੜੇ ਦ੍ਰਿੜ ਇਰਾਦੇ ਨਾਲ ਪਹਿਰਾ ਦਿਓ ਕਹਿੰਦੇ ਉਸੇ ਵੇਲੇ ਟੱਕਾ ਚੱਕ ਲਿਆ ਜਿੱਦਾਂ ਟੱਕਾ ਚੱਕਿਆ ਸਿਪਾਹੀ ਖੜੇ ਸੀ ਤਲਵਾਰਾਂ ਸੂਤ ਲਈਆਂ ਇਤਨੀ ਬੇਅਦਬੀ ਨਿਰਾਦਰੀ ਬਾਦਸ਼ਾਹ ਸਲਾਮਤ ਦੀ ਕਹਿੰਦੇ ਸਿਪਾਹੀ ਵਾਰ ਕਰਨ ਲੱਗਾ ਤਲਵਾਰ ਦਾ ਬਾਦਸ਼ਾਹ ਨੇ ਇੱਕਦਮ ਰੋਕ ਦਿੱਤਾ ਵਾਰ ਨਾ ਕਰੀ ਇਹ ਟੱਕਾ ਨਹੀਂ ਹੈ ਇਹ ਸਿੱਖ ਦਾ ਸਿੱਧਕ ਹੈ ਇਹ ਗੁਰੂ ਦੇ ਚਰਨਾਂ 'ਚ ਹੀ ਜਾ ਕੇ ਭੇਟਾ ਹੋਵੇਗਾ ਤੇ ਜਿਸ ਸਿੱਖ ਦਾ ਸਿੱਧਕ ਇਤਨਾ ਦ੍ਰਿੜ ਹੈ ਜੇ ਉਹਦੇ 'ਤੇ ਵਾਰ ਹੋ ਗਿਆ ਤੇ ਇਹਦਾ ਗੁਰੂ ਪਤਾ ਨਹੀਂ ਕੀ ਕੁਝ ਕਰ ਗੁਜ਼ਰੇਗਾ ਦਾਸ ਅਰਜ ਕਰ ਰਿਹਾ ਹੈ ਕਿ ਉਹ ਟੱਕਾ ਵੀ ਗੁਰੂ ਦੇ ਚਰਨਾਂ ਉੱਤੇ ਹੀ ਭੇਟਾ ਹੋਇਆ ਸਿੱਧਕ ਕੀ ਹੈ ਸੀਸ ਦੇ ਦੇਣਾ
ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਰੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ। ਕਹਿੰਦੇ ਭਾਈ ਮਤੀ ਦਾਸ ਜੀ ਨੇ ਤੋ ਪੁੱਛਿਆ ਕਿ ਅਖੀਰੀ ਇੱਛਾ, ਭਾਈ ਸਾਹਿਬ ਜੀ ਨੇ ਕਹਿ ਦਿੱਤਾ ਜਪਜੀ ਸਾਹਿਬ ਦਾ ਪਾਠ ਕਰਾਂਗਾ ਤੇ ਜਲਾਦਾਂ ਨੂੰ ਕਿਹਾ ਆਰਾ ਧੀਰੇ ਚਲਾਇਓ, ਜਦ ਤੱਕ ਜਪਜੀ ਸਾਹਿਬ ਦਾ ਪਾਠ ਪੂਰਾ ਨਾ ਹੋ ਜਾਵੇ ਮੇਰੀ ਜਿਹਵਾ ਨਾ ਚੀਰਿਓ। ਜਦ ਕਿਹਾ ਨਾ ਜਿਹਵਾ ਨੂੰ ਨਾ ਚੀਰਿਓ, ਸਾਹਮਣੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਅਸੀਸ ਦਿੰਦਿਆਂ ਕਿਹਾ ਗੁਰੂ ਕੇ ਸਿੱਖਾ ਹੁਣ ਨਾ ਘਬਰਾ, ਹੁਣ ਤੇ ਤੇਰਾ ਰੋਮ ਰੋਮ ਜਿਹਵਾ ਬਣ ਗਿਆ ਏ। ਜੇ ਕਿਤੇ ਤੇਰੀ ਜਿਹਵਾ ਨੂੰ ਚੀਰ ਵੀ ਦਿੱਤਾ ਗਿਆ ਤੇਰੀ ਰੋਮ ਰੋਮ ਵਿੱਚੋਂ ਜਪਜੀ ਦੀ ਆਵਾਜ਼ ਆਵੇਗੀ, ਕਿਉਂਕਿ ਜਪਜੀ ਹੁਣ ਤੇਰੇ ਆਤਮਾ ਦਾ ਹਿੱਸਾ ਬਣ ਗਈ ਹੈ। ਜਲਾਦ ਵੀ ਘਬਰਾ ਗਏ, ਆਰਾ ਚੱਲਿਆ, ਜਪਜੀ ਸਾਹਿਬ ਦਾ ਪਾਠ ਆਰੰਭ ਹੋ ਗਿਆ ਏ। ਉਹ ਆਰਾ ਵੀ ਬਹੁਤ ਧੀਰੇ ਚਲਾ ਰਹੇ ਨੇ, ਰੁਕ ਹੀ ਗਏ ਨੇ। ਜਿਸ ਵੇਲੇ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਤੇ ਆਰਾ ਜਿਹਵਾ ਨੂੰ ਚੀਰ ਰਿਹਾ ਹੈ, ਉਦੋਂ ਉਹ ਗੁਰੂ ਕਾ ਪਿਆਰਾ ਪੜ ਰਿਹਾ ਇੱਕ ਦੋ ਜੀਭੋਂ ਲੱਖ ਹੋ ਹੈ, ਲੱਖ ਹੋ ਹੈ, ਲੱਖ ਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼। ਕਹਿੰਦੇ ਰੋਮ ਰੋਮ ਵਿੱਚੋਂ ਜਪਜੀ ਦੀ ਆਵਾਜ਼ ਆ ਰਹੀ ਹੈ, ਅਰਧੋ ਅਰਧ ਚਿਰਾਏ ਸੋ ਡਾਰਾ, ਭਰਿਆ ਧਰਤੀ ਪਰ ਹੋਏ ਦੋਏ ਫਾਰਾ, ਦੋਨੋਂ ਤਨ ਤੇ ਜਪਜੀ ਪੜ੍ਹੈ, ਹੇਰਤ ਸਭ ਕੋ ਅਚਰਜ ਵੱਡਾ। ਹੈਰਾਨ ਹੋ ਗਏ ਨੇ ਲੋਕ, ਜਿੱਦਾਂ ਸਰੀਰ ਦੇ ਦੋ ਟੋਟੇ ਹੋ ਗਏ ਹੋਣ ਉਹਨਾਂ ਵਿੱਚੋਂ ਵੀ ਜਪਜੀ ਦੀ ਆਵਾਜ਼ ਆ ਰਹੀ ਹੋਵੇ। ਇਉਂ ਕੰਨਾਂ ਦੇ ਵਿੱਚ ਉਹ ਆਵਾਜ਼ ਗੂੰਜ ਰਹੀ ਸੀ, ਇਹ ਸ਼ਹੀਦੀ ਹੋ ਗਈ ਤੇ ਕਹਿੰਦੇ ਭਾਈ ਦਿਆਲਾ ਜੀ ਨੂੰ ਲਿਆਇਆ ਗਿਆ। ਅੱਗ ਦੇ ਭਾਂਬੜ ਬਲ ਰਹੇ ਨੇ, ਉਬਲਦਾ ਪਾਣੀ ਦੇਗ ਚ ਨਜ਼ਰ ਆ ਰਿਹਾ ਹੈ ਤੇ ਗੁਰੂ ਕੇ ਸਿੱਖ ਨੂੰ ਕਿਹਾ ਜਾਂਦਾ ਇੱਕ ਪਾਸੇ ਤੇਰਾ ਗੁਰੂ ਹੈ ਤੇ ਦੂਜੇ ਪਾਸੇ ਅਸੀਂ ਹਾਂ, ਚੋਣ ਕਰਕੇ ਦੱਸ। ਦੁਨੀਆ ਦੇ ਸੁੱਖ ਚਾਹੀਦੇ ਨੇ, ਸੁੰਦਰ ਔਰਤਾਂ ਦੇ ਡੋਲੇ ਜਗੀਰਾਂ ਚਾਹੀਦੀਆਂ ਨੇ, ਜਾਂ ਫਿਰ ਗੁਰੂ ਵੱਲ ਤੁਰ ਕੇ ਉਬਲਦੇ ਪਾਣੀ ਚ ਆਲੂ ਗੋਭੀ ਵਾਂਗ ਉਬਾਲ ਦਿਆਂਗੇ, ਉਬਲਣਾ ਪ੍ਰਵਾਨ ਹੈ। ਗੁਰੂ ਕੇ ਸਿੱਖ ਨੇ ਮੁਸਕਰਾਉਂਦਿਆਂ ਕਿਹਾ ਮੇਰੇ ਸਿੱਖ ਭਰਾ ਨੇ ਜਿਉਂਦਿਆਂ ਜੀ ਦੋ ਫਾੜ ਹੋ ਕੇ ਆਰੇ ਨਾਲ ਤੁਹਾਨੂੰ ਦੱਸ ਦਿੱਤਾ, ਹਾਲੇ ਮੈਨੂੰ ਪੁੱਛਣ ਦੀ ਲੋੜ ਹੈ? ਤੁਰਾਂਗਾ ਗੁਰੂ ਵੱਲ, ਜੋ ਕਰਨਾ ਹੈ ਕਰ ਗੁਜ਼ਰੋ। ਸਾਹਮਣੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸਿੱਖਾ ਡੋਲੀ ਨਾ, ਤੇ ਸਿੱਖ ਦੇ ਹੱਥ ਜੁੜ ਗਏ, ਮੇਰੇ ਸਤਿਗੁਰੂ ਕਿਉਂ ਡੋਲਾਂਗਾ, ਇਹ ਕੁਝ ਤਾਂ ਤੁਸੀਂ ਪੰਜਵੇਂ ਜਾਮ ਵਿੱਚ ਆਪ ਕਰਕੇ ਸਿਖਾ ਗਏ ਹੋ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕਹਿ ਕਾਰਜ ਪੂਰਾ। ਤੇ ਪੁੱਛਿਆ ਅਖੀਰੀ ਇੱਛਾ ਕਾਜੀ ਨੇ, ਤੇ ਉਦੋਂ ਕਹਿ ਦਿੱਤਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਂਗਾ, ਜਿਸ ਵੇਲੇ ਸੁਖਮਨੀ ਸਾਹਿਬ ਜੀ ਦੀ ਸਮਾਪਤੀ ਹੋਵੇਗੀ ਮੈਨੂੰ ਇਸ ਉਬਲਦੇ ਪਾਣੀ 'ਚ ਉਤਾਰ ਦੇਣਾ। ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਇਆ ਪਰ ਜ਼ਾਲਮਾਂ ਤੋਂ ਰੁਕਿਆ ਨਾ ਗਿਆ, ਜੱਲਾਦਾਂ ਨੇ ਦੋਨਾਂ ਸਾਈਡਾਂ ਤੋਂ ਪਕੜ ਕੇ ਬਾਹਾਂ ਤੋਂ, ਤੇ ਜਦ ਅੰਦਰ ਉਤਾਰਨ ਲੱਗੇ, ਵਿਦਵਾਨ ਲਿਖਦੇ ਨੇ ਅੱਗ ਦਾ ਸੇਕ ਇਤਨਾ ਜ਼ਿਆਦਾ ਸੀ ਕਿ ਜੱਲਾਦ ਘਬਰਾ ਕੇ ਪਿੱਛੇ ਹਟ ਗਏ ਨੇ, ਪਰ ਗੁਰੂ ਕਾ ਸਿੱਖ ਜਿੱਦਾਂ ਮੌਤ ਨਾਲ ਮਖੌਲ ਕਰ ਰਿਹਾ ਹੈ। ਕਦੀ ਸੋਚ ਕੇ ਤੇ ਵੇਖੋ, ਹੂਰਾਂ ਦੀ, ਔਰਤਾਂ ਦੀ, ਸੁੰਦਰ ਡੋਲਿਆਂ ਦਾ ਲਾਲਚ ਦਿੱਤਾ ਜਾਂਦਾ, ਤਖਤੋ ਤਾਜ ਦਾ ਲਾਲਚ ਦਿੱਤਾ ਜਾਂਦਾ ਹੈ, ਪਰ ਇਹ ਤਾਂ ਉੱਥੇ ਪਹੁੰਚ ਚੁੱਕੇ ਨੇ ਜੋ ਆਸ਼ਿਕ ਹੋਤੇ ਹੈ ਮੌਤ ਕੇ, ਵੋ ਜੀਨਾ ਛੋੜ ਦੇਤੇ ਹੈ, ਖਿਲੋਨਾ ਸਮਝ ਕਰ ਸਰੀਰ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਹੂਰੋਂ ਕੀ ਹਸਰਤ ਹੈ, ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ ਹੈ, ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ ਹੈ। ਤੇ ਗੁਰੂ ਦੇ ਚਰਨਾਂ ਨਾਲ ਇਤਨਾ ਪਿਆਰ ਹੈ ਕਿ ਉਹ ਤੇ ਵਾਹਿਗੁਰੂ ਵੀ ਕਹਿ ਦੇਵੇ ਨਾ ਕਿ ਹੁਣ ਤੈਨੂੰ ਇੱਧਰ ਮੈਂ ਆਪਣੀ ਜਗ੍ਹਾ ਦਿੰਦਾ ਹਾਂ ਆਪਣੇ ਚਰਨਾਂ ਵਿੱਚ। ਉਹ ਕਹਿੰਦੇ ਨੇ ਗੁਰੂ ਤੋਂ ਪਿਆਰਾ ਮੈਨੂੰ ਹੋਰ ਕੋਈ ਨਹੀਂ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਕਿਉਂਕਿ ਭੇਦ ਪਤਾ ਲੱਗ ਗਿਆ ਹੈ, ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਵਾਹਿਗੁਰੂ ਨਾਲ ਇੱਕ ਹੋਇਆ ਜਾ ਸਕਦਾ ਹੈ। ਮੌਤ ਮਖੌਲ ਕਰ ਰਹੀ ਹੈ, ਇਹ ਮੌਤ ਨਾਲ ਮਖੌਲਾਂ ਕਰ ਰਹੇ ਨੇ ਤੇ ਮੌਤ ਝੁੱਕ ਕੇ ਸਲਾਮਾਂ ਕਰ ਰਹੀ ਹੈ। ਜਦ ਆਪ ਉਤਰ ਰਹੇ ਨੇ ਅੱਗ ਵਿੱਚ, ਕਦੀ ਸੋਚੋ ਮੌਤ ਕਿਸ ਤਰ੍ਹਾਂ ਤਰਲੇ ਲੈ ਰਹੀ ਹੋਵੇਗੀ। ਅਦੀਬ ਨੇ ਲਿਖਿਆ ਹੈ ਦਾਦ ਦੇਤੀ ਹੈ ਗਰਦਿਸ਼ੇ ਦੌਰਾਂ, ਜ਼ਿੰਦਗੀ ਐਹਤਰਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜ਼ਰਤਾ ਹੈ, ਮੌਤ ਵੀ ਝੁੱਕ ਕੇ ਸਲਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜ਼ਰਤਾ ਹੈ, ਮੌਤ ਵੀ ਝੁੱਕ ਕੇ ਸਲਾਮ ਕਰਤੀ ਹੈ।
पर इश्क उथे पहुंचे सही रते इश्क खुदाए रंग दीदार के विसरिया जिनी नाम ते पोहे पहार थिए कहंदे बाणी पढ़दियां आप गुरु का सिख उस देग दे विच उतर गया कहंदे एकदम ही जल्लादां दे मूंह तों भी आवाज निकली इनू सेक ना लग रहा होवेगा पर ओ ता गुरु दा प्यारा पढ़ रहा सी जै महा भयान तपत बहु काम तै हर के नाम की तुम ऊपर छाम ओ पढ़ रहा सी तपत माए ठांड वरताई आनंद भया दुख नाटे भाई कल ताती ठांडा हर नाओ बाणी ने इतनी कोमलता दित्ती इतनी सहनशीलता ते शांति दित्ती कि गुरु का सिख उबलदे पानी दी भी परवाह नहीं कर रहा। इत्थे चित्रकारां ने कल्पना नाल तस्वीरां बनाईयां ने देग च बैठियां दिखाया है पर विद्वान कहंदे ने पानी च उतरन दी देर सी कि उपरों ढक्कण रख के भार रख दिता गया सी कि भाई साहब किते भुड़के बाहर ना आ जाण। उबलदे पानी ने असर विखाया कुछ पलां दे विच ही भाई साहब जी दे शरीर दी चमड़ी ते मास वक्ख हो गया हड्डियां रह गईयां प्रीतम के देश पहुंच गए। यह शहीदी होई भाई सतीदास जी नूं लियाया गया। भाई सतीदास जी दे सामने भी यही गल रखी गई कि चोण कर सुख चाहिदे ने या गुरु वल तुरना है। उन्हें भी उही जवाब दिता दो सिख भरावां ने शहीदी दे के दस दिता है होर मेरे तो पुछना है मैं तुरांगा गुरु वल जो करना कर गुजरो कहंदे जींदियां जी साड़ांगे। रूह विच वलेट दिता गया भाई साहब जी नूं किले गड़ के रस्सियां नाल बन दिता गया कि जद अग लावांगे इधर उधर दौड़े भजे ना पर यह अपने प्रीतम वल मुख करके तैयार बर तैयार मौत नूं गलवकड़ी पाउण लई तैयार ने भाई सतीदास जी कहंदे अग ला दित्ती गई है। अज सोच के वेख्यो कदी कदी सोचदा एक दीवा हुंदा है दीवे दे च तेल पाया जांदा है एक वट्टी पाई जांदी अग लाई जांदी है वह दीवा छोटे जे किसी कमरे नूं रोशनी दिंदा है पर अज दीवा गुरु के सिख दा शरीर बन गया है ते वट्टी भी पा दित्ती रूं वलेट दित्ती जालमां ने पर अज तेल नहीं बलिया गुरु के सिख दा खून जलिया है खून बलिया है ते इस दीवे ने फिर ऐसा महान चानना दिता कि इस पूरे देश नूं रोशन कर दिता जुल्म नूं हटा के कहंदे इह शहीदी हो गई। सोचिया कुछ समा गुरु नूं छड़ दिंदी आ की पता इतना कुछ वेख के डोल जान पर इन्हां नूं की पता जिस गुरु दे सिख नहीं डोलदे ओह गुरु कित्थे डोलेगा। कुछ समा बीतिया कहंदे सामने आए काजी कोतवाल जल्लाद। काजी कहंदा सतगुरु जी भुलेखे च ना रहो कि असीं तुहानूं छड़ देंगे मैं खानदानी काजी हाँ मेरे बाप दादे एहो जे फतवे दिंदे आए ने। कोतवाल तो भी ना रहा गया कोतवाल कहंदा मैं खानदानी कोतवाल हाँ मेरे बाप दादे ए कुछ करदे आए ने। जल्लाद कहंदा मेरे बाप दादे भी इसे तरीके नाल लोकां नूं तसीहे दे दे के शहीद करदे आए ने असीं तुहानूं छड्डांगे नहीं। गुरु तेग बहादुर साहब जी ने वजद चढ़दी कला च आ के ते बचन कहा भाई सजनों कमाल दा सबब बनाया मालक वाहिगुरु जी ने। तू खानदानी काजी है तू खानदानी कोतवाल है तू खानदानी जल्लाद है पर एक गल याद रखना मैं भी खानदानी शहीद हाँ मैं भी खानदानी शहीद हाँ। मेरे अजदाद से मिला है मुझे विरसा शहादत का मेरी औलाद को जागीर है जामे शहादत की मेरी औलाद को जागीर है जामे शहादत की। मेरे दादा गुरु गुरु अर्जन देव साहब जी तो शहीदी देना मैनु विरासत च मिले आए ते ए कुछ मैं शहीदी दे के अगे अपनी औलाद नू दे चलिया हाँ। ते याद रखना तुहाडे खानदान विच काजी कोतवाल जल्लाद पैदा होने बंद हो जाणगे पर मेरे खानदान च शहीद पैदा होने बंद नहीं होणगे मेरे खानदान च शहीद पैदा होने बंद नहीं होणगे। ऐसा ही तो होया ये कित्थों चलिया सिलसिला
ਗੁਰੂ ਅਰਜਨ ਦੇਵ ਸਾਹਿਬ ਜੀ ਨੂੰ 5 ਦਿਨ ਲਗਾਤਾਰ ਤਸੀਹੇ ਦਿੱਤੇ ਗਏ ਸਨ। ਅਖੀਰਲਾ ਦਿਨ ਜਿੱਦਣ ਰਾਵੀ ਦਰਿਆ ਵੱਲ ਲਿਜਾਇਆ ਜਾ ਰਿਹਾ ਹੈ ਤੇ ਸਤਿਗੁਰੂ ਜੀ ਦਾ ਸਰੀਰ ਸੜਿਆ ਹੋਇਆ ਭੁਜਿਆ ਹੋਇਆ ਮਾਸ ਲਮਕ ਰਿਹਾ ਹੈ, ਕਿਤੇ ਹੱਡੀਆਂ ਨਜ਼ਰ ਆ ਰਹੀਆਂ ਨੇ, ਪਰ ਅੰਦਰ ਦੀ ਚੜ੍ਹਦੀ ਕਲਾ ਹੈ। ਲਾਹੌਰ ਦੀ ਗਲੀਆਂ ਦੇ ਵਿੱਚ ਤੇ ਮਕਾਨਾਂ ਦੀ ਛੱਤਾਂ ਉੱਤੇ ਲੋਕ ਖੜੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦੀਦਾਰ ਕਰਨ ਲਈ, ਕਿਉਂਕਿ ਉਹ ਉਪਕਾਰ ਭੁੱਲੇ ਨਹੀਂ ਸਨ। ਗੁਰੂ ਦੇ ਬੜੇ ਉਪਕਾਰ ਸਨ ਲਾਹੌਰ ਦੇ ਲੋਕਾਂ ਉੱਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਤੇ ਵੇਖ ਕੇ ਲੋਕਾਂ ਦੇ ਹਿਰਦੇ ਹੱਲ ਗਏ। ਤੇ ਵਿੱਚੋਂ ਕਿਸੇ ਨੇ ਕਹਿ ਦਿੱਤਾ ਸੀ ਕਿ ਅੱਜ ਸਿੱਖੀ ਦਾ ਬੂਟਾ ਸੜ ਗਿਆ ਹੈ, ਅੱਜ ਤੋਂ ਬਾਅਦ ਕੋਈ ਸਿੱਖ ਬਣਨ ਨੂੰ ਤਿਆਰ ਨਹੀਂ ਹੋਵੇਗਾ, ਕਿਉਂਕਿ ਜ਼ਾਲਮਾਂ ਨੇ ਇਹੋ ਜਿਹੇ ਅੱਤ ਦੇ ਜ਼ੁਲਮ ਕੀਤੇ ਨੇ। ਜਦ ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੰਨਾਂ 'ਚ ਪਏ ਸਨ ਨਾ, ਤੇ ਸਤਿਗੁਰੂ ਜੀ ਨੇ ਬੜੀ ਚੜ੍ਹਦੀ ਕਲਾ 'ਚ ਆ ਕੇ ਉਦੋਂ ਇਹ ਬਚਨ ਕਹਿ ਦਿੱਤੇ ਸਨ ਜਿਹਨੂੰ ਵਿਦਵਾਨਾਂ ਨੇ ਇਉਂ ਬੋਲ ਦਿੱਤੇ ਨੇ। ਸਾਹਿਬ ਕਹਿਣ ਲੱਗੇ, ਇਹ ਤੁਹਾਡਾ ਭੁਲੇਖਾ ਹੈ ਕਿ ਸਿੱਖੀ ਦਾ ਬੂਟਾ ਅੱਜ ਸੜ ਗਿਆ ਹੈ। ਨਹੀਂ, ਸਿੱਖੀ ਦਾ ਬੂਟਾ ਅੱਜ ਤੇ ਵਧਿਆ ਫੁੱਲਿਆ ਹੈ, ਇਹ ਮੇਰਾ ਖੂਨ ਨਹੀਂ ਬਲਿਆ, ਇਹ ਪਾਣੀ ਦਿੱਤਾ ਗਿਆ ਸਿੱਖੀ ਦੇ ਬੂਟੇ ਨੂੰ। ਇਸ ਪਵਿੱਤਰ ਖੂਨ ਦੇ ਸਿੰਚਣ ਨਾਲ ਉਹ ਸਮਾਂ ਆਵੇਗਾ ਕਿ ਤੁਸੀਂ ਵੇਖੋਗੇ ਕੁਝ ਹੀ ਦਿਨਾਂ 'ਚ ਫੁੱਲ ਇਸ ਦੇ ਖਿਲਰ ਜਾਣਗੇ। ਇੰਜ ਸੰਸਾਰ ਅੰਦਰ ਕੋਈ ਚਾਨਣੀ ਚੌਂਕ ਨੂੰ ਭਾਗ ਲਾ ਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ। ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਸੀ, ਕੋਈ ਚਾਨਣੀ ਚੌਂਕ ਨੂੰ ਭਾਗ ਲਾ ਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ। ਮਹਿਕ ਉੱਠੂਗੀ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ। ਰੁੱਤ ਬਹਾਰ ਭਰੀ ਜਵਾਨੀ, ਦੋ ਵੱਡੇ ਸਾਹਿਬਜ਼ਾਦੇ ਜੋ ਹੁਣ ਆਉਣ ਵਾਲੇ ਦਿਨਾਂ ਦੇ 'ਚ ਸਾਕਾ ਚਮਕੌਰ ਸਾਹਿਬ ਆ ਰਿਹਾ ਹੈ। ਗੁਰੂ ਕੇ ਸਿੱਖੋ ਜਾਗਿਆ ਕਰੋ, ਇੱਕ ਨੂੰ ਸਲੀਬ ਤੇ ਸੂਲੀ ਤੇ ਚੜਾਇਆ ਗਿਆ, ਈਸਾਈ ਭਰਾਵਾਂ ਨੇ ਉਹਨੂੰ ਘਰ ਘਰ ਤੱਕ ਬੱਚੇ ਬੱਚੇ ਤੱਕ ਪਹੁੰਚਾ ਦਿੱਤਾ। ਉਹਨਾਂ ਨੂੰ ਭਾਵੇਂ ਜੋ ਮਰਜ਼ੀ ਹੀਲੇ ਕਰਨੇ ਪਏ ਹੋਣ, ਪਰ ਘੱਟੋ ਘੱਟ ਆਪਾ ਉਹ ਸ਼ਹੀਦਾਂ ਦੀ ਦਾਸਤਾਨ ਨੂੰ ਸੁਣਨ ਲਈ ਆਪਣੇ ਸਿੱਖਾਂ ਅੰਦਰ ਤੇ ਜਜ਼ਬਾ ਪੈਦਾ ਕਰ ਦਿਆ ਕਰੀਏ ਕਿ ਅੱਜ ਸਾਕਾ ਚਮਕੌਰ ਸਾਹਿਬ ਆਉਣ ਵਾਲਾ ਹੈ, ਸਾਕਾ ਸਰਹੰਦ ਆਉਣ ਵਾਲਾ ਹੈ। ਇਹ 15-15 ਦਿਨ ਕੀ ਮਹੀਨਾ ਮਹੀਨਾ ਪਹਿਲਾਂ ਦੱਸੋ ਤੇ ਬੱਚਿਆਂ ਦੇ ਅੰਦਰ ਜਜ਼ਬਾ ਜਗਾਓ। ਉਹ ਦਿਨ ਛੁੱਟੀ ਕਰਵਾਓ ਬੱਚਿਆਂ ਦੀ ਤੇ ਖਾਸ ਸਾਕਾ ਸੁਣਵਾਉਣ ਲਈ, ਸ਼ਹੀਦੀ ਸਾਕੇ ਲਈ ਲੈ ਕੇ ਜਾਓ। ਅੱਜ ਤੇ ਮੈਂ ਹੈਰਾਨ ਹੁੰਦਾ ਵਾਂ, ਪ੍ਰਬੰਧਕ ਸੋਚ ਹੀ ਪਤਾ ਨਹੀਂ ਕੀ ਹੋ ਗਈ ਪ੍ਰਬੰਧਕਾਂ ਦੀ। ਹਾਂਜੀ, ਸ਼ਹੀਦੀ ਸਾਕੇ ਵਾਲੇ ਦਿਨ ਵੀ ਨਾ ਕੋਈ ਚੰਗਾ ਕੀਰਤਨੀਆਂ ਲੱਭਣਾ ਹੈ, ਕੀਰਤਨ ਕਰਾ ਲੈਣਾ, ਵੀ ਬੜੀ ਚੰਗੀ ਦਾਤ ਹੈ, ਕੀਰਤਨ ਕਰਨਾ ਅਤ ਜ਼ਰੂਰੀ ਹੈ। ਪਰ ਕੀਰਤਨ ਨਾਲ ਕੀ ਪਤਾ ਲੱਗ ਸਕੇਗਾ ਸ਼ਹੀਦੀ ਹੋਈ ਕਿਸ ਤਰ੍ਹਾਂ, ਕੀ ਪਤਾ ਲੱਗ ਸਕੇਗਾ? ਜਿੰਨੇ ਮਰਜ਼ੀ ਤੁਸੀਂ ਕੀਰਤਨ ਦਰਬਾਰ ਕਰਾ ਲਓ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਪਤਾ ਲੱਗ ਸਕੇਗਾ? ਨਹੀਂ, ਕੀਰਤਨ ਦੇ ਨਾਲ ਕਥਾ ਅਤ ਜ਼ਰੂਰੀ ਹੈ, ਕਥਾ ਦੇ ਰਾਹੀਂ ਸ਼ਹੀਦੀ ਸਾਕੇ ਦਾ ਪਤਾ ਲੱਗਦਾ ਹੈ। ਦਾਸ ਅਰਜ ਕਰ ਰਿਹਾ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਹਿ ਦਿੱਤਾ, ਮਹਿਕ ਉੱਠੂਗੀ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਦੁਰਤ ਬਹਾਰ ਅੰਦਰ, ਅੱਧ ਖਿੜੇ ਹੀ ਟਾਹਣੀਆਂ ਤੋਂ ਤੋੜ ਕੇ ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਅੱਧ ਖਿੜੇ ਫੁੱਲ, ਨਿੱਕੀਆਂ ਜਿੰਦਾਂ, ਵੱਡੇ ਸਾਕੇ, ਛੋਟੇ ਸਾਹਿਬਜ਼ਾਦੇ, ਅੱਧ ਖਿੜੇ ਹੀ ਟਾਹਣੀਆਂ ਤੋਂ ਤੋੜ ਕੇ ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਬਣੀ ਰਹੇਗੀ ਸਦਾ ਰੁੱਤ ਬਹਾਰ ਇਸਦੇ, ਲਾਗੇ ਖਿਜਾਨੇ ਇਸਦੇ ਟੁੱਕਣਾ ਨਹੀਂ, ਲੱਗੀ ਔੜ ਇਸਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਕਿੱਥੇ ਮੈਨੂੰ ਡਰਾਉਂਦੇ ਹੋ, ਇਹ ਤੇ ਮੈਨੂੰ ਵਿਰਾਸਤ 'ਚ ਸਭ ਕੁਛ ਮਿਲਿਆ ਏ। ਕਾਜੀ ਹੈਰਾਨ ਹੋ ਗਿਆ ਤੇ ਉਦੋਂ ਇਸ਼ਾਰਾ ਹੋਇਆ ਤੇ ਪੁੱਛ ਲਿਆ ਕਿ ਅਖੀਰੀ ਇੱਛਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਇਸ਼ਨਾਨ ਕਰਨਾ ਹੈ, ਇਸ਼ਨਾਨ ਕਰਨ ਤੋਂ ਬਾਅਦ ਅਸੀਂ ਕਰਾਂਗੇ ਜਪਜੀ ਸਾਹਿਬ ਦਾ ਪਾਠ, ਤੇ ਜਿਸ ਵੇਲੇ ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਕਰਾਂਗੇ, ਉਸ ਮਾਲਕ ਵਾਹਿਗੁਰੂ ਜੀ ਦੇ ਸਜਦੇ ਵਿੱਚ ਆਪਣਾ ਸੀਸ ਝੁਕਾਵਾਂਗੇ। ਤੇ ਜੱਲਾਦ ਨੂੰ ਕਿਹਾ, ਤੂੰ ਆਪਣੇ ਤਲਵਾਰ ਦਾ ਵਾਰ ਕਰ ਦਈ। ਉਹੀ ਹੋਇਆ, ਸਤਿਗੁਰੂ ਜੀ ਨੇ ਉੱਥੇ ਇਸ਼ਨਾਨ ਕੀਤਾ। ਸੀਸਗੰਜ ਸਾਹਿਬ ਜੋੜਾ ਘਰ ਤੋਂ ਅੰਦਰ ਜਾਂਦੇ, ਉੱਥੇ ਉਹ ਖੂਹ ਦੇ ਦਰਸ਼ਨ ਹੁੰਦੇ ਨੇ, ਤੇ ਜਿੱਥੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਤਖ਼ਤ ਹੈ, ਉੱਥੇ ਥੱਲੇ ਜੋ ਭੋਰਾ ਸਾਹਿਬ ਦੇ ਵਿੱਚ
उस स्थान ते सतगुरु जी की शहीदी हुई। जपजी साहब का पाठ आरंभ किया, हजारों की तादाद विच लोग ने, अखां च लोकां दे अथरू ने, हुकूमत नूं रोक नहीं पा रहे, पर ज्यों ज्यों जपजी साहब का पाठ अगे वधदा है हिरदा कंबदा जांदा है। ज्यों जपजी साहब के पाठ की समाप्ति हुई, सतगुरु गुरु तेग बहादुर साहब जी ने अपना सीस उस मालक वाहिगुरु जी दे सजदे च चुकाया। बस सीस चुकाउण दी देर सी कि जल्लाद दी तलवार दा एक भरपूर वार सतगुरु जी दे सीस उत्ते गर्दन उत्ते होया है, ते तहड़ तो अलहदा हो के पवित्र शीस दूर जाके डिगया है। जो शहीदी होई, जिस तरह कुदरत भी क्रोपी च आ गई, हर पासे हाहाकार मच गई, एक काली बोली हनेरी आंधी तूफान चल पिया है, हथ नू हथ नहीं सुझदा। कहंदे ਉਹ ਹਾਲ ਬਣ ਗਿਆ ਸੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੱਗੇ ਚੱਲ ਕੇ ਕਿਹਾ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ 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 ਸਭ ਜਗ ਭਇਓ ਜੈ 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 ਸੁਰਲੋਕ। ਅਰਥ ਤੇ ਇਹੀ ਬਣਦੇ ਨੇ ਕਿ ਇਸ ਲੋਕ 'ਚ ਹਾਹਾਕਾਰ ਮੱਚ ਗਈ, ਸੁਰਲੋਕ 'ਚ ਜੈ ਜੈਕਾਰ। ਪਰ ਇੱਕ ਹਿੰਦੂ ਭਰਾ ਨੇ ਆਪਣਾ ਜਜ਼ਬਾ ਪੇਸ਼ ਕਰਦਿਆਂ ਕਿਹਾ, ਮੇਰੇ ਸਤਿਗੁਰੂ ਮੈਂ ਤਾਂ ਇਉਂ ਜਾਣਾ ਕਿ ਕਿਹਾ ਜਾ ਰਿਹਾ ਹੈ 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 ਕੋਈ ਸਾਡਾ ਵੀ ਹੈ ਜਿਹਦੇ ਬਾਂਹ ਫੜਨ ਕਰਕੇ ਅੱਜ ਹਿੰਦੂ ਧਰਮ ਦੀ ਰੱਖਿਆ ਹੋ ਗਈ। ਕਹਿੰਦੇ ਜਿਉਂ ਹੀ ਇਹ ਸ਼ਹੀਦੀ ਹੋਈ ਹੈ, ਇੱਕਦਮ ਭਾਈ ਜੈਤਾ ਜੀ ਅੱਗੇ ਆਏ ਨੇ ਜੋ ਭੀੜ 'ਚ ਖੜੇ ਸਨ। ਪਤਾ ਹੈ ਗੁਰੂ ਦਾ ਸੀਸ ਸੰਭਾਲਦਿਆਂ ਮੇਰਾ ਸੀਸ ਵੀ ਲੱਗ ਸਕਦਾ ਹੈ, ਪਰ ਕੋਈ ਜਾਨ ਦੀ ਪਰਵਾਹ ਨਹੀਂ, ਸੀਸ ਨੂੰ ਸੰਭਾਲਿਆ। ਟੋਕਰੇ 'ਚ ਪਹਿਲਾਂ ਤੋਂ ਇੰਤਜ਼ਾਮ ਕੀਤਾ ਸੀ, ਨਵੇਂ ਵਸਤਰ ਸਜਾਏ ਸਨ, ਅਰਦਾਸ ਕੀਤੀ ਮੇਰੇ ਸਤਿਗੁਰੂ ਆਵੇਗਾ ਕੋਈ ਤੇ ਧੜ ਦੀ ਸੰਭਾਲ ਵੀ ਜ਼ਰੂਰ ਹੋਵੇਗੀ। ਲੈ ਕੇ ਤੁਰਿਆ ਇੱਧਰੋਂ ਲੱਖੀ ਸ਼ਾਹ ਵਣਜਾਰਾ ਅਤੇ ਨਗਾਹੀਆ ਉਸਦਾ ਪੁੱਤਰ। ਦੇਖੋ ਪੁੱਤਰ ਨੂੰ ਵੀ ਨਾਲ ਲਿਆ ਹੈ ਸਿੱਖ ਨੇ, ਕਿ ਦੋਨਾਂ ਦੀ ਜਾਨ ਦੀ ਪਰਵਾਹ ਨਹੀਂ, ਸਰੀਰ ਲੱਗ ਜਾਣ ਤੇ ਲੱਗ ਜਾਣ, ਪਰ ਗੁਰੂ ਦੇ ਸਰੀਰ ਦੀ ਬੇਅਦਬੀ ਨਾ ਹੋਵੇ। ਕਹਿੰਦੇ ਉਸ ਝੱਖੜ ਝੁਲਦੇ ਦੇ ਵਿੱਚ ਹੀ ਸਤਿਗੁਰੂ ਜੀ ਦੇ ਧੜ ਨੂੰ ਸੰਭਾਲ ਲਿਆ, ਇੱਧਰ ਉੱਧਰ ਵੇਖਿਆ ਸੀ ਇਸ ਨਜ਼ਰ ਨਹੀਂ ਆਇਆ, ਬੈਲ ਗੱਡੀ ਦੁੜਾਈ, ਘਰ ਪਹੁੰਚੇ। ਜੋ ਦਾਸ ਬੇਨਤੀ ਕਰਨਾ ਚਾਹ ਰਿਹਾ ਹੈ ਕਿ ਇੱਥੇ ਜੋ ਕਈ ਵਾਰੀ ਇਤਿਹਾਸ ਦਾ ਪੱਖ ਸਾਡੇ ਤੋਂ ਰਹਿ ਜਾਂਦਾ ਹੈ, ਲੱਖੀ ਸ਼ਾਹ ਬਣਜਾਰੇ ਦੀ ਬੇਟੀ ਜਿਹਦਾ ਨਾਮ ਸੀ ਸੀਤੋ ਬਾਈ, ਉਹਨੇ ਤਿਆਰੀ ਪਹਿਲਾਂ ਤੋਂ ਕੀਤੀ ਹੋਈ ਸੀ, ਨਵਾਂ ਬਿਸਤਰਾ ਵਿਛਾ ਕੇ ਜਿਉਂ ਸਤਿਗੁਰੂ ਜੀ ਦਾ ਧੜ ਪਵਿੱਤਰ ਉੱਥੇ ਰੱਖਿਆ, ਵੇਖ ਕੇ ਹੈਰਾਨ ਹੋ ਗਈ, ਸੀਸ ਨਜ਼ਰ ਨਹੀਂ ਆ ਰਿਹਾ, ਹੱਥ ਜੁੜ ਗਏ, ਉਹ ਬਾਂਹ ਨਿਕਲੀਆਂ ਤੇ ਰੋਂਦਿਆਂ ਕਿਹਾ, ਮੇਰੇ ਸਤਿਗੁਰੂ ਮੈਂ ਦੀਦਾਰ ਤਾਂ ਕਰਨਾ ਚਾਹੁੰਦੀ ਸੀ, ਅਰਦਾਸਾਂ ਕਰਦੀ ਸੀ, ਪਰ ਇਉਂ ਦੀਦਾਰ ਹੋਣਗੇ, ਮੈਨੂੰ ਪਤਾ ਨਹੀਂ ਸੀ ਕਿ ਸੀਸ ਨਜ਼ਰ ਨਹੀਂ ਆਵੇਗਾ। ਜੇ ਮੇਰੇ ਸਿੱਖ ਭਰਾਵਾਂ ਨੇ ਉਹ ਸ਼ਹੀਦੀਆਂ ਦਿੱਤੀਆਂ ਨੇ, ਮੇਰੇ ਗੁਰੂ ਪਿਤਾ ਦੀ ਉਹ ਸ਼ਹੀਦੀ ਹੋਈ ਹੈ, ਤੇ ਅੱਜ ਅਸੀਸ ਦੇ ਕੇ ਜਾਓ ਕਿ ਮੇਰਾ ਆਨੰਦ ਕਾਰਜ ਇਹੋ ਜਿਹੇ ਘਰ 'ਚ ਪੜਾਇਆ ਜਾਵੇ ਕਿ ਜੋ ਸ਼ਹੀਦਾਂ ਦਾ ਖਾਨਦਾਨ ਹੋਵੇ। ਮੈਂ ਚਾਹੁੰਦੀ ਹਾਂ ਮੇਰਾ ਪਤੀ ਪੁੱਤਰ ਪੋਤਰੇ ਸਾਰੇ ਹੀ ਗੁਰੂ ਦੇ ਦਰਬਾਰ ਤੋਂ ਸ਼ਹੀਦੀਆਂ ਪ੍ਰਾਪਤ ਕਰਕੇ ਕੌਮ ਦੇ ਕੰਮ ਆਉਣ। ਉਹੀ ਗੱਲ ਹੋਈ, ਅਰਦਾਸ ਪ੍ਰਵਾਨ ਹੋਈ ਸੀ, ਸੀਤੋ ਬਾਈ ਦਾ ਆਨੰਦ ਕਾਰਜ ਭਾਈ ਮਨੀ ਸਿੰਘ ਨਾਲ ਪੜਾਇਆ ਗਿਆ ਸੀ, ਉਹ ਭਾਈ ਮਨੀ ਸਿੰਘ ਜਿਨ੍ਹਾਂ ਦੇ ਬੰਦ ਕੱਟੇ ਗਏ, ਜੇ ਨਾ ਭੁੱਲ ਰਿਹਾ ਹੋਵਾਂ, 12 ਭਰਾ ਵਿੱਚੋਂ 11 ਸ਼ਹੀਦ, ਅੱਗੇ 10 ਪੁੱਤਰ, 10 ਦੇ 10 ਸ਼ਹੀਦੀਆਂ ਪ੍ਰਾਪਤ ਕਰਨ ਵਾਲੇ, ਜੰਗਾਂ ਦੇ ਵਿੱਚ ਅੱਗੇ ਪੋਤਰੇ ਵੀ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਹੋਏ ਸਨ। ਇਹੋ ਜਿਹਾ ਮਹਾਨ ਖਾਨਦਾਨ। ਸਾਹਿਬ ਕਹਿੰਦੇ ਸੇਵਕ ਜਿਹੜਾ ਹੈ ਨਾ, ਉਹ ਟਿਕਦਾ ਹੈ, ਜੀਵਤ ਮਰਿਆ ਸਭ ਕੁੱਲ ਉਧਰੈ, ਉਹ ਤੇ ਜਿਉਂਦਿਆਂ ਜੀ ਮੌਤ ਪ੍ਰਵਾਨ ਕਰ ਲੈਂਦਾ ਹੈ, ਤੇ ਸਾਹਿਬ ਨੂੰ ਛੱਡ ਕੇ ਨਹੀਂ ਜਾਂਦਾ। ਇਹੀ ਕਿਹਾ, ਤੇਰੀ ਭਗਤ ਨਾ ਛੋਡੋ ਕਿਆ ਕੋ ਹੱਸੈ, ਕੋਈ ਹੱਸਦਾ ਵੀ ਹੋਵੇ ਪਰਵਾਹ ਥੋੜਾ, ਤੇਰੀ ਭਗਤੀ ਮੈਂ ਨਹੀਂ ਛੱਡਾਂਗਾ, ਸਾਚ ਨਾਮ ਮੇਰਾ ਹਿਰਦੈ ਵਸੈ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਕਿਉਂਕਿ ਸੱਚੇ ਨਾਮ ਨੂੰ ਮੈਂ ਆਪਣੇ ਹਿਰਦੇ 'ਚ ਵਸਾ ਲਿਆ ਏ, ਰਹਾਓ ਜੈਸੇ ਮਾਇਆ ਮੋਹ ਪ੍ਰਾਣੀ ਗਲਤ ਰਹੇ, ਤੈਸੇ ਸੰਤ ਜਨ ਰਾਮ ਨਾਮ ਰਬਤ ਰਹੇ। ਜਿਸ ਤਰ੍ਹਾਂ ਲੋਭ ਦੇ ਮੋਹ ਦੇ ਮਾਰੇ ਲੋਕ ਮਾਇਆ ਵਾਸਲੇ ਪਾਸੇ ਗਲਦੇ ਰਹਿੰਦੇ ਨੇ, ਤਬਾਹ ਹੁੰਦੇ ਰਹਿੰਦੇ ਨੇ, ਕਹਿੰਦੇ ਬਿਲਕੁਲ ਇਉਂ ਜਿਹੜੇ ਸੰਤ ਜਨ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਵਾਹਿਗੁਰੂ ਵਾਲੇ ਪਾਸੇ ਆਨੰਦ ਵਿੱਚ ਰਮ ਰਹੇ ਹੁੰਦੇ ਨੇ। ਮੈਂ ਮੂਰਖ ਮੁਗਧ ਉੱਪਰ ਕਰੋ ਦਇਆ, ਕਿਹੋ ਜੀ ਅਰਦਾਸ ਹੈ।
ਕਹਿੰਦੇ ਮਾਲਕ ਵਾਹਿਗੁਰੂ ਮੈਂ ਮੂਰਖ ਹਾਂ, ਮੁਗਧ ਹਾਂ, ਮੇਰੇ ਉੱਤੇ ਦਇਆ ਕਰੋ, ਤੋ ਸ਼ਰਣਾਗਤ ਰਹੋ ਪਿਆ, ਮੈਂ ਤੇਰੀ ਸ਼ਰਣ ਵਿੱਚ ਪਿਆ ਰਿਹਾ, ਮੈਂ ਦੁਨੀਆ ਦੇ ਕਿਸੇ ਝੂਠੇ ਬੰਦੇ ਵੱਲ ਲੋਭ ਲਾਲਚ ਦੇ ਅਧੀਨ ਹੋ ਕੇ ਨਾ ਜਾਵਾਂ। ਕਹਤ ਨਾਨਕ ਸੰਸਾਰ ਕੇ ਨਹਿਫਲ ਕਾਮਾ, ਗੁਰ ਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮਾ। ਨਾਨਕ ਜੀ ਤੇ ਕਹਿੰਦੇ ਨੇ ਕਿ ਸੰਸਾਰ ਦੇ ਬਾਕੀ ਕੰਮ ਸਾਰੇ ਵਿਅਰਥ ਨੇ, ਉਹ ਕੰਮ ਕੇਵਲ ਜੀਵਨ ਨੂੰ ਪਾਲਣ ਲਈ ਸਨ, ਸਰੀਰ ਨੂੰ ਪਰਿਵਾਰ ਨੂੰ ਚਲਾਉਣ ਲਈ ਸਨ, ਪਰ ਸੀ ਨਹਿਫਲ ਸਭ। ਤੇ ਇੱਕੋ ਹੀ ਕੰਮ ਹੈ, ਵਾਹਿਗੁਰੂ ਜੀ ਦਾ ਨਾਮ ਜਪਣਾ, ਉਹ ਹੈ ਸਫਲ ਕੰਮ, ਉਹ ਸਫਲਤਾ ਦਿੰਦਾ ਹੈ। ਤੇ ਜੀਵਨ ਨੂੰ ਸਫਲਤਾ ਮਿਲੀ ਸਾਹਿਬਜ਼ਾਦਿਆਂ ਦੇ, ਭਾਵੇਂ ਜੀਵਨ ਛੋਟਾ ਸੀ। ਇਹੋ ਜੀ ਸਫਲਤਾ ਕਿਤੇ ਨਜ਼ਰ ਨਹੀਂ ਆਉਂਦੀ ਜੋ ਛੋਟੇ ਸਾਹਿਬਜ਼ਾਦਿਆਂ ਨੂੰ, ਵੱਡੇ ਸਾਹਿਬਜ਼ਾਦਿਆਂ ਨੂੰ ਮਿਲੀ ਹੈ। ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸਫਲਤਾ ਕਿਤੇ ਨਜ਼ਰ ਨਹੀਂ ਆਉਂਦੀ। ਔਰੰਗਜ਼ੇਬ ਕਹਿੰਦਾ ਸੀ, ਹਕੂਮਤ ਕਹਿੰਦੀ ਸੀ ਇਸ ਉਤਾਰ ਦਿਆਂਗੇ, ਸਾਹਿਬ ਕਹਿੰਦੇ ਮੈਂ ਆਪ ਸੀ ਇਸ ਵਾਹਿਗੁਰੂ ਦੇ ਪਾਣੀ 'ਚ ਦੇਣ ਆਇਆ, ਜੇ ਉਹਨੂੰ ਪਾਵੇਗਾ ਸੀਸ ਉਤਰੇਗਾ ਨਹੀਂ, ਸਗੋਂ ਸੀਸ ਕਾਇਮ ਹੋ ਜਾਵੇਗਾ। ਸੀਸ ਉਤਰਿਆ ਕਿਤੇ ਹੈ, ਰਹਿੰਦੀ ਦੁਨੀਆ ਤੱਕ ਸੀਸ ਗੰਜ ਸਾਹਿਬ ਕਾਇਮ ਹੋ ਗਿਆ ਹੈ। ਮਿਟਾਉਣ ਵਾਲਿਆਂ ਦੀ ਹਸਤੀ ਮਿਟ ਗਈ, ਅਤੇ ਜਿਹਦੀ ਮਿਟਾਉਣਾ ਚਾਹੁੰਦੇ ਸੀ ਉਹਦੀ ਹਸਤੀ ਹਮੇਸ਼ਾ ਲਈ ਦੁਨੀਆ ਦੇ ਵਿੱਚ ਕਾਇਮ ਹੋ ਗਈ। ਗੁਰੂ ਕਿਰਪਾ ਕਰੇ, ਇਤਨਿਕ ਸੇਵਾ ਪ੍ਰਵਾਨ ਕਰਨਾ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਸਾਂਝੇ ਤੌਰ 'ਤੇ ਸਾਰਿਆਂ ਲਈ ਅਰਦਾਸ ਹੈ, ਤੇਗ ਬਹਾਦੁਰ ਸਿਮਰਿਆ ਘਰ ਨਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।